ਉਹ ਉਹਦੇ ਬਾਰੇ ਉਹਨੂੰ ਦੱਸਦੀ ਆ ਵੀ ਜੇ ਸਰ ਜਾਣਗੇ ਮੈਂ ਤਾਂ ਜਾਉਂਗੀ ਤੇ ਸਰ ਜਦੋਂ ਉਹਦਾ ਨਹੀਂ ਜਾਂਦਾ ਤੇ ਉਹ ਕਹਿ ਦਿੰਦੀ ਆ ਮੈਂ ਟੂਰ ਤੇ ਨਹੀਂ ਜਾਣਾ ਮਤਲਬ ਇੰਨੀ ਸਪਸ਼ਟ ਹੋ ਕੇ ਉਹ ਬੰਦੇ ਨਾਲ ਸਾਰੀ ਗੱਲ ਕਰ ਰਹੀ ਆ ਜਿੱਥੋਂ ਮੈਨੂੰ ਲੱਗਦਾ ਵੀ ਇੱਕ ਕਾਮ ਪਾਠਕ ਨੂੰ ਵੀ ਸਮਝ ਆ ਰਿਹਾ ਕਿ ਉਹ ਉਹਦੇ ਨਾਲ ਧੋਖਾ ਕਰਦੀ ਆ ਉਹ ਫਿਰ ਵੀ ਉਹਦੇ ਅੱਗੇ ਝੁਕੀ ਜਾਂਦਾ ਝੁਕੀ ਜਾਂਦਾ ਮੈਨੂੰ ਇਸ ਕਹਾਣੀ 'ਚ ਵੈਸੇ ਬੰਦੇ ਦਾ ਇਹ ਮਜਾਜ ਬਹੁਤ ਘੱਟ ਦੇਖਣ ਨੂੰ ਮਿਲਦਾ ਜਿਵੇਂ ਦਾ ਇਹਦੇ 'ਚ ਬੁਣਿਆ ਗਿਆ ਕਈ ਵਾਰੀ ਬਹੁਤ ਚੰਗਾ ਬਣਨਾ ਝੁੱਡੂ ਬਣਨ ਵਾਲਾ ਪਹਿਲਾ ਕਦਮ ਹੁੰਦਾ ਹੈ ਨਾ ਤੇ ਇੱਕ ਤਰ੍ਹਾਂ ਨਾਲ ਉਹਨੇ ਕਹਿਤਾ ਵੀ ਉਹ ਚੰਗਾ ਬਣਦਾ ਮੁੰਡਾ ਝੁੱਡੂ ਬਣ ਗਿਆ ਸੀ ਵੀ ਉਹਦੇ ਸਾਹਮਣੇ ਕੁਝ ਵੀ ਹੋ ਰਿਹਾ ਉਹ ਬੋਲਦਾ ਹੀ ਨਹੀਂ ਸੀਗਾ ਨਾ ਤੇ ਬਾਕੀ ਇੱਕ ਆਪਾਂ ਆਮ ਹੀ ਗੱਲਾਂ ਕਰਦੇ ਹੁੰਦੇ ਆ ਵੀ ਇੰਨੇ ਕੌੜੇ ਵੀ ਨਾ ਬਣੋ ਵੀ ਤੁਹਾਨੂੰ ਕੋਈ ਥੁੱਕ ਦੇ ਤੇ ਇੰਨੇ ਮਿੱਠੇ ਵੀ ਨਾ ਬਣੋ ਵੀ ਤੁਹਾਨੂੰ ਕੋਈ ਖਾਈ ਦੇਣ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਪ੍ਰੋਗਰਾਮ ਕਿਤਾਬਨਾਮਾ ਲੈ ਕੇ ਫਿਰ ਤੋਂ ਹਾਜ਼ਰ ਹਾਂ ਅੱਜ ਅਸੀਂ ਜਿਸ ਕਿਤਾਬ ਤੇ ਗੱਲ ਕਰ ਰਹੇ ਹਾਂ ਉਸ ਕਿਤਾਬ ਦਾ ਨਾਂ ਹੈ ਮੈਂ ਆਇਰਨ ਕੋਸ਼ ਨਹੀਂ ਇੱਕ ਕਿਤਾਬ ਸੁਖਜੀਤ ਹੋਣਾ ਨੇ ਲਿਖੀ ਆ ਕਹਾਣੀਆਂ ਦੀ ਕਿਤਾਬ ਹੈ ਤੇ ਤੁਸੀਂ ਸੁਖਜੀਤ ਹੋਣਾ ਦਾ ਨਾਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ ਕਿਉਂਕਿ ਅੱਜ ਕੱਲ ਮੌਜੂਦਾ ਲੇਖਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਕਹਾਣੀਕਾਰ ਕਹੇ ਜਾ ਸਕਦੇ ਨੇ ਉਹ ਕੁਝ ਕੁ ਕਹਾਣੀਆਂ ਦੇ ਉਹਨਾਂ ਦੇ ਟਾਈਟਲ ਐਵੇਂ ਦੇ ਹੁੰਦੇ ਨੇ ਕਿ ਟਾਈਟਲ ਪੜ੍ਹ ਕੇ ਹੀ ਤੁਹਾਨੂੰ ਲੱਗਦਾ ਕਿ ਕਿਤਾਬ ਪੜੀ ਜਾਵੇ ਤੇ ਉਹਦੇ ਵਿੱਚ ਇੱਕ ਉਹਨਾਂ ਦੀ ਕਹਾਣੀ ਸੀਗੀ ਹੁਣ ਮੈਂ ਇੰਜੋਏ ਕਰਦੀ ਹਾਂ ਜਦੋਂ ਇਹ ਜਿਹੜੀ ਕਿਤਾਬ ਉਹਨਾਂ ਦੀ ਆਈ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਸ ਕਿਤਾਬ ਦੇ ਵਿੱਚ ਪਤਾ ਨਹੀਂ ਕੀ ਆ ਤੇ ਇਹਦੇ ਤੇ ਬਹੁਤ ਜ਼ਿਆਦਾ ਗੱਲਬਾਤ ਹੋਈ ਸੀ ਕਿਉਂਕਿ ਸਿਰਫ ਟਾਈਟਲ ਨੂੰ ਸੁਣ ਕੇ ਹਨਾ ਤੇ ਇਦਾਂ ਦੇ ਇਹਨਾਂ ਦੇ ਟਾਈਟਲ ਹੁੰਦੇ ਨੇ ਕਹਾਣੀਆਂ ਦੇ ਤੇ ਇਹਨਾਂ ਨੇ ਹੁਣ ਤੱਕ 5 ਕਿਤਾਬਾਂ ਲਿਖੀਆਂ ਨੇ ਜਿਦੇ ਚੋ 3 ਕਹਾਣੀਆਂ ਦੀਆਂ ਕਿਤਾਬਾਂ ਨੇ ਇੱਕ ਕਵਿਤਾ ਦੀ ਕਿਤਾਬ ਆ ਤੇ ਇੱਕ ਉਹਨਾਂ ਦੀ ਸਵੈ ਜੀਵਨੀ ਆ ਸਵੈ ਜੀਵਨੀ ਪੜ੍ਹ ਕੇ ਤੁਹਾਨੂੰ ਸੁਖਜੀਤ ਹੁਣਾ ਬਾਰੇ ਥੋੜਾ ਜਿਹਾ ਪਤਾ ਲੱਗਦਾ ਕਿਉਂਕਿ ਉਦਾਂ ਇਹਨਾਂ ਬਾਰੇ ਜ਼ਿਆਦਾਤਰ ਲਿਖਿਆ ਨਹੀਂ ਜਾਂਦਾ ਕੋਈ ਖਾਸ ਆਰਟੀਕਲ ਤੁਹਾਨੂੰ ਪੜਨ ਨੂੰ ਨਹੀਂ ਮਿਲਣਗੇ ਤੇ ਇਹਨਾਂ ਦਾ ਮਜਾਜ ਐ ਇਦਾਂ ਦਾ ਕਿ ਇਹ ਇੰਟਰਵਿਊਜ਼ ਨਹੀਂ ਕਰਦੇ ਕਦੀ ਵੀ ਤੁਸੀਂ ਇਹਨਾਂ ਦੀ ਸ਼ਾਇਦ ਹੀ ਕੋਈ ਇੰਟਰਵਿਊ ਆ ਜਿਹੜੀ ਕਦੇ ਸੁਣਾ ਤੁਸੀਂ ਤੇ ਇਹ ਕਿਤਾਬ ਇਹਨਾਂ ਨੇ ਜਦੋਂ ਲਿਖੀ ਉਸ ਤੋਂ ਬਾਅਦ 2022 ਦਾ ਜਿਹੜਾ ਸਾਹਿਤਿਕ ਅਕਾਦਮੀ ਅਵਾਰਡ ਆ ਉਹ ਇਹਨਾਂ ਨੂੰ ਮਿਲਿਆ ਇਸ ਕਿਤਾਬ ਲਈ ਤੇ ਇਹਦੀ ਇਹ ਕਹਾਣੀ ਆ ਜਿਹੜੀ ਮੈਂ ਅਯਨ ਕੋਸ਼ ਨਹੀਂ ਹਾਂ ਅਸੀਂ ਅੱਜ ਇਹੀ ਚੁਣੀ ਆ ਗੱਲਬਾਤ ਕਰਨ ਲਈ ਤੇ ਇਹਦੇ ਚ ਜੇ ਮੈਂ ਕਹਾਣੀ ਚ ਥੋੜਾ ਜਿਆ ਤੁਹਾਨੂੰ ਦੱਸ ਦਾਂ ਤਾਂ ਇੱਕ ਇਹ ਜੇ ਬੰਦੇ ਦੀ ਕਹਾਣੀ ਆ ਜਿਹੜਾ ਆਪਣੀ ਘਰ ਵਾਲੀ ਵੱਲੋਂ ਮਤਲਬ ਇੱਕ ਇਹੋ ਜਿਹਾ ਰਿਸ਼ਤੇ 'ਚ ਹੁੰਦਾ ਹੋ ਕਿ ਉਹਦੀ ਘਰ ਵਾਲੀ ਉਹਦੇ ਨਾਲ ਬੇਵਫਾਈ ਕਰ ਰਹੀ ਆ ਉਹ ਜਾਣਦਾ ਵੀ ਐ ਸਾਰੀ ਚੀਜ਼ ਨੂੰ ਪਰ ਫਿਰ ਵੀ ਉਹ ਲਗਾਤਾਰ ਚੱਲਦਾ ਰਹਿੰਦਾ ਤੇ ਜਿਵੇਂ ਆਪਾਂ ਸਾਰੇ ਕਰਦੇ ਹੁੰਨੇ ਆ ਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜੇ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਨਾਲ ਚੀਟਿੰਗ ਕਰ ਰਿਹਾ ਤਾਂ ਸ਼ਾਇਦ ਤੁਸੀਂ ਉਹਦੇ ਨਾਲ ਹੋਰ ਜ਼ਿਆਦਾ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਮੇਰੇ ਤੇ ਤਰਸ ਕਰੇ ਜਾਂ ਮੇਰੇ ਵੱਲ ਮੁੜੇ ਆਵੇ ਜਾਂ ਇਹਨੂੰ ਮਹਿਸੂਸ ਹੋਵੇ ਕਿ ਮੈਂ ਇਹਨੂੰ ਬਹੁਤ ਮੁਹੱਬਤ ਕਰਦਾ ਮੈਨੂੰ ਇਹਦੀ ਜ਼ਰੂਰਤ ਹੈ ਤੇ ਇਦਾਂ ਹੀ ਇਹ ਪਾਤਰ ਕਰਦਾ ਪਰ ਜਦੋਂ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲ ਨਹੀਂ ਹੁੰਦੀਆਂ ਜਿਵੇਂ ਉਹ ਸੋਚਦਾ ਤਾਂ ਇਸ ਕਹਾਣੀ ਦਾ ਜਿਹੜਾ ਐਂਡ ਆ ਤੁਹਾਨੂੰ ਹੈਰਾਨ ਕਰ ਦਿੰਦਾ ਤੇ ਆਪਾਂ ਇਸ ਕਹਾਣੀ ਤੇ ਗੱਲਬਾਤ ਕਰਾਂਗੇ ਆਪਾਂ ਜੀ ਆਇਆਂ ਕਹਿੰਦੇ ਆ ਬਲਦੇਵ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬਲਦੇਵ ਸਤਿ ਸ਼੍ਰੀ ਅਕਾਲ ਬੰਦੋ ਕੀ ਹਾਲ ਹੈ ਵਧੀਆ ਹਾਲ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਮੈਂ ਇਹ ਕਿਤਾਬ ਪੜ੍ਹੀ ਨਹੀਂ ਸੀਗੀ ਤੇ ਮੈਂ ਸੁਖਜੀਤ ਉਹਨਾਂ ਦੀਆਂ ਚਾਰ ਕਿਤਾਬਾਂ ਪੜ੍ਹੀਆਂ ਸੀ ਹੁਣ ਤੱਕ ਤੇ ਕਹਾਣੀਆਂ ਚੋਂ ਮੈਨੂੰ ਬਹੁਤ ਚੰਗੇ ਲੱਗਦੇ ਸੀ ਜਦੋਂ ਮੈਂ ਉਹਨਾਂ ਦੀ ਸਵੈ ਜੀਵਨੀ ਪੜ੍ਹੀ ਹੈ ਨਾ ਮੈਨੂੰ ਉਦੋਂ ਪਤਾ ਲੱਗਿਆ ਕਿ ਉਹਨਾਂ ਦੀ ਜ਼ਿੰਦਗੀ ਚ ਵੀ ਬੜਾ ਖੁਸ਼ ਹੈ ਤੇ ਜਿਵੇਂ ਉਹ ਕਿਸੇ ਡੇਰੇ ਚ ਰਹੇ ਨੇ ਲੰਮਾ ਸਮਾਂ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿੱਥੇ ਰਹਿ ਕੇ ਆਏ ਹੋ ਉਸ ਚੀਜ਼ਾਂ ਬਾਰੇ ਇੰਨਾ ਕੁਝ ਉਹਦੇੜ ਦੇਣਾ ਹੈ ਨਾ ਉਹਨਾਂ ਨੇ ਆਪਣੀ ਸਵੈ ਜੀਵਨੀ ਚ ਬਹੁਤ ਨਿੱਜੀ ਚੀਜ਼ਾਂ ਉਸ ਜਗ੍ਹਾ ਬਾਰੇ ਲਿਖੀਆਂ ਨੇ ਤੇ ਆਪਾਂ ਉਹਦੇ ਤੇ ਨਹੀਂ ਬਹੁਤੀ ਗੱਲਬਾਤ ਕਰ ਸਕਦੇ ਤੇ ਇਹ ਤੁਹਾਨੂੰ ਪੂਰੀ ਕਿਤਾਬ ਪੜ੍ਹੀ ਤੁਸੀਂ ਹਰਵਿੰਦਰ ਮੈਂ ਪੜ੍ਹੀ ਹੋਈ ਹੈ ਪੂਰੀ ਕਿਤਾਬ ਇਹ ਕਿਵੇਂ ਲੱਗੀ ਮੋਹਨ ਸਰਜੀਤ ਦਾ ਨਾਂ ਹੀ ਬਹੁਤ ਵੱਡਾ ਅੱਜ ਦੇ ਸਮੇਂ ਦੀ ਦੇਖੀ ਤਾਂ ਜਿਹੜੇ ਮਜੂਦਾ ਕਹਾਣੀਕਾਰ ਨੇ ਇਹਦਾ ਬਹੁਤ ਵੱਡਾ ਨਾਮ ਹੈ ਇਹਨਾਂ ਦਾ ਮੈਂ ਇਹਨਾਂ ਦੀ ਪਹਿਲਾ ਕਿਤਾਬ ਉਹੀ ਪੜੀ ਸੀਗੀ ਮੈਂ ਇੰਜਜੋਏ ਕਰਦੀ ਆ ਤਾਂ ਫਿਰ ਮੈਂ ਇਹਨਾਂ ਦੀ ਜੀਵਨੀ ਪੜੀ ਮੈਂ ਜੈਸਾਹੂ ਮਵੈਸਾ ਕਿਉਂ ਹਾਂ ਫਿਰ ਇਹ ਕਿਤਾਬ ਪੜੀ ਤਾਂ ਬਸ ਸੋਹਣਾ ਕੰਮ ਹੈ ਇਹਨਾਂ ਦਾ ਮੈਂ ਸਾਰੀਆਂ ਕਿਤਾਬਾਂ ਇਹਨਾਂ ਦੀ ਪੜਨ ਵਾਲੀਆਂ ਨੇ ਬਿਲਕੁਲ ਤੇ ਆਪਾਂ ਜੇ ਇਸ ਕਿਤਾਬ ਦੀਆਂ ਦੋ ਕਹਾਣੀਆਂ ਤੇ ਗੱਲਬਾਤ ਕਰਾਂਗੇ ਹਨਾ ਤੇ ਪਹਿਲੀ ਕਹਾਣੀ ਇਹ ਆ ਤੁਸੀਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਤੁਸੀਂ ਇਹਨੂੰ ਕਿਸ ਪੱਖ ਤੋਂ ਸਮਝਿਆ ਮੈਸੇਜ ਦੋ ਪੱਖ ਦੇਖੇ ਨੇ ਰਪਿੰਦਰ ਇੱਕ ਤਾਂ ਇਹ ਪੱਖ ਆ ਜਿਹੜਾ ਉਹ ਪੂਰੀ ਕਹਾਣੀ ਦੇ ਵਿੱਚ ਬੰਦਾ ਆਪਣੀ ਘਰ ਵਾਲੇ ਤੋਂ ਟੌਰਚਰ ਹੋ ਰਿਹਾ ਹੈ ਨਾ ਉਹ ਕਿਵੇਂ ਹੋ ਰਿਹਾ ਉਹ ਆਪਾਂ ਅੱਗੇ ਗੱਲ ਕਰਾਂਗੇ ਤਾਂ ਦੂਜੀ ਇਹ ਜੀ ਆ ਜਦੋਂ ਆਪਾਂ ਜਦੋਂ ਇਹ ਸ਼ੁਰੂ ਦੇ ਵਿੱਚ ਇੱਕ ਘਟਨਾ ਕਿ ਉਹ ਜਿੱਥੇ ਰਹਿੰਦਾ ਹੁੰਦਾ ਉੱਥੇ ਉਹ ਦੇਵਦਾਰ ਦਾ ਰੁੱਖ ਲਾਉਂਦਾ ਤੇ ਨਾਲ ਵੀ ਲਿਖਿਆ ਜਾਂਦਾ ਕਿ ਬਗਾਨੀ ਮਿੱਟੀ 'ਚ ਰੁੱਖ 몰ਦਾ ਨਹੀਂ ਨਾ ਤਾਂ ਉਹ ਬੰਦਾ ਘਰ ਜਵਾਈ ਬਣ ਕੇ ਰਹਿੰਦਾ ਤਾਂ ਇੱਕ ਪੱਖ ਉਹ ਵੀ ਚੱਲਦਾ ਕਿ ਜਦੋਂ ਜਮਾ ਕਹਾਣੀ ਦਾ ਅਖੀਰ ਹੁੰਦਾ ਜਦੋਂ ਦੋਵੇਂ ਅਲੱਗ ਹੁੰਦੇ ਨੇ ਤੇ ਉਹ ਰੁੱਖ ਪੱਟ ਕੇ ਵੀ ਨਾਲ ਲੈ ਜਾਂਦਾ ਨਾ ਵੀ ਜਦੋਂ ਆਪਾਂ ਘਰ ਜਾ ਹੋਈ ਰਹਿੰਨੇ ਆ ਆਪਣੇ ਕੋਲੇ ਸਾਰਾ ਔਰਾ ਬਦਲਾਇਆ ਜਾਂਦਾ ਆਪਣੇ ਦੋਸਤ ਮਿੱਤਰ ਬਦਲੇ ਜਾਂਦੇ ਆਪਣਾ ਮਾਹੌਲ ਹੀ ਬਦਲਾਇਆ ਜਾਂਦਾ ਨਾ ਕਿ ਉੱਥੇ ਬੰਦਾ ਕਿਵੇਂ ਰਹਿੰਦਾ ਕਿੰਨੀ ਘੁੱਟਨ ਮਹਿਸੂਸ ਕਰਦਾ ਤੇ ਤੇਰੀ ਇਸ ਗੱਲ ਤੋਂ ਮੈਨੂੰ ਇੱਕ ਚੀਜ਼ ਇਹ ਵੀ ਲੱਗੀ ਆ ਕਿ ਜਿਵੇਂ ਤੂੰ ਕਿਹਾ ਵੀ ਬਗਾਨੀ ਮਿੱਟੀ 'ਚ ਬੰਦਾ ਫਲਦਾ ਨਹੀਂ ਹੈ ਨਾ ਤੇ ਰੱਬ ਨੇ ਜਨਾਨੀ ਨੂੰ ਕਿੱਡੀ ਵੱਡੀ ਹਿੰਮਤ ਦਿੱਤੀ ਹੈ ਕਿ ਉਹ ਬਗਾਨੀ ਮਿੱਟੀ 'ਚ ਜਾ ਕੇ ਫਲ ਜਾਂਦੀ ਹੈ ਨਾ ਹਾਂ ਇਹਦੀ ਇਹ ਮੈਨੂੰ ਇਹਦੀ ਚ ਥੋੜੀ ਗੱਲ ਸੋਹਣੀ ਵੀ ਹੈਗੀ ਪਰ ਕੁਝ ਚੀਜ਼ਾਂ ਹੁੰਦੀਆਂ ਵੀ ਕੁਦਰਤ ਬਣਾ ਕੇ ਭੇਜਦੀ ਔਵੇਂ ਹਨਾ ਬੰਦੇ ਦਾ ਸੁਭਾਅ ਨਹੀਂ ਹੈਗਾ ਜਿਹੜਾ ਔਰਤ ਦਾ ਸੁਭਾਅ ਔਰਤ ਦਾ ਬੜਾ ਆਪਣੇ ਇਹਦੇ ਵਿੱਚ ਹੀ ਹਨਾ ਮਤਲਬ ਜਿੱਥੇ ਔਰਤ ਕੰਫਰਟੇਬਲ ਆ ਉਥੇ ਮਰਦ ਨਹੀਂ ਕੰਫਰਟੇਬਲ ਹੁੰਨਾ ਪਤਾ ਨਹੀਂ ਤੇ ਇਹ ਹੋ ਗਿਆ ਵੀ ਔਰਤ ਬਹੁਤ ਕੁਝ ਸਹਿੰਦੀ ਸਹਿੰਦੀ ਔਰਦਾ ਸੁਭਾਈ ਹੋ ਜਾ ਬਣ ਗਿਆ ਤੇ ਪਤਾ ਨਹੀਂ ਕਿ ਵੀ ਇਹ ਕੁਦਰਤੀ ਬਣੀ ਹੋਈ ਇਹਦਾ ਅਲੱਗ ਵਿਸ਼ਾ ਹਨਾ ਇਹਦੀ ਤਾਂ ਆਪਣੀ ਅਲੱਗ ਗੱਲ ਹੋ ਸਕਦੀ ਆ ਪਰ ਅੱਜ ਆਪਾਂ ਇਹ ਕਹਾਣੀ ਚੁਣੀ ਆ ਤਾਂ ਮੈਨੂੰ ਅੱਜ ਤੁਹਾਨੂੰ ਦੱਸਦਾ ਇਹ ਆਪਾਂ ਪਹਿਲਾਂ ਸ਼ੁਰੂ ਤੇ ਵੀਨਾ ਵਰਮਾ ਤੇ ਗੱਲ ਕੀਤਾ ਸੀ ਪਹਿਲਾ ਐਪੀਸੋ ਤਾਂ ਥੱਲੇ ਕੁਝ ਲੋਕਾਂ ਦੇ ਕਮੈਂਟ ਆਏ ਸੀਗੇ ਤੁਸੀਂ ਔਰਤਾਂ ਦੀ ਤਾਰੀਫ਼ ਕਰ ਰਹੇ ਹੋ ਜਾਂ ਤੁਸੀਂ ਔਰਤਾਂ ਦੇ ਪੱਖ ਦੀ ਗੱਲ ਕਰ ਰਹੇ ਹੋ ਨਾ ਪਹਿਲੀ ਗੱਲ ਤੇ ਇਹ ਵੀ ਆਪਾਂ ਤਾਂ ਕਹਾਣੀ ਨਾਲ ਸੰਬੰਧ ਦੀ ਗੱਲ ਕਰਨੀ ਹੁੰਦੀ ਆਪਾਂ ਆਪਣੇ ਵਿਚਾਰਧਾਰਾ ਤਾਂ ਕਿਸੇ 'ਤੇ ਥੋਪ ਦੇਣੀ ਹੈ ਨਾ ਤਾਂ ਚਲੋ ਅੱਜ ਇਹ ਕਹਾਣੀ ਉੱਥੇ ਉਸ ਕਹਾਣੀ ਇਸ ਤਰੀਕੇ ਦੀ ਜਿੱਥੇ ਇੱਕ ਔਰਤ ਇੱਕ ਮਰਦ ਨੂੰ ਔਰਚਰ ਕਰਦੀ ਆ ਤਾਂ ਅੱਜ ਉਹਨਾਂ ਦਾ ਲਾਂਭਾ ਲੈ ਜੂ ਹੈ ਹਾਂ ਵੈਸੇ ਮਤਲਬ ਇਹ ਚੀਜ਼ ਹੈ ਹੈਗੀ ਆ ਕਿ ਕਿਸੇ ਤਾਂ ਵੀ ਕੋਈ ਵੀ ਚੀਜ਼ ਵਾਪਰ ਸਕਦੀ ਹੈ ਇਹ ਨਹੀਂ ਹੈਗਾ ਵੀ ਹਰ ਚੀਜ਼ ਸਿਰਫ ਜਨਾਨੀ ਚੱਲਦੀ ਆ ਜਾਂ ਕਈ ਚੀਜ਼ਾਂ ਸਿਰਫ ਬੰਦੇ ਹੀ ਚੱਲਦੇ ਨੇ ਹਨਾ ਅੱਜ ਦਾ ਜਿਹੜਾ ਦੌਰ ਆ ਇਹਦੇ 'ਚ ਹਰ ਕੋਈ ਬਰਾਬਰੀ ਵਾਲਾ ਜਿਵੇਂ ਆਪਾਂ ਕਹਿੰਦੇ ਹੁੰਦੇ ਸੀ ਕਿ ਉਹਦਾ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਦਿ ਉਹ ਸਮਾਂ ਸੀ ਜਦੋਂ ਪਾਸਪੋਰਟਾਂ ਨਾਲ ਵਿਆਹ ਹੋ ਜਾਂਦੇ ਸੀ ਤੇ ਕੁੜੀਆਂ ਤੇ ਟੌਰਚਰ ਹੁੰਦਾ ਸੀ ਹਨਾ ਲੰਮਾ ਸਮਾਂ ਘਰ ਵਾਲੇ ਨੂੰ ਉਡੀਕਦੀਆਂ ਸੀ ਤੇ ਅੱਜ ਉਹ ਸਮਾਂ ਜਿੱਥੇ ਆਇਲਸ ਨਾਲ ਵਿਆਹ ਹੋ ਰਹੇ ਨੇ ਤੇ ਮੁੰਡਿਆਂ ਤੇ ਟੌਰਚਰ ਹੋ ਰਿਹਾ ਹਨਾ ਤੇ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਦੂਜੇ ਦੇ ਸਾਹਮਣੇ ਚਲਦੀਆਂ ਹੀ ਰਹਿੰਦੀਆਂ ਨੇ तमाम ਦੇ ਦੇ ਦੇਖਿਆ ਜਾਵੇ ਤਾਂ ਸਮਾਜ ਜਮਾਨਾ ਕਹਦੀ ਹੈ ਪੰਜਾਬ ਆ ਕੁਦਰਤ ਵੀ ਕਹਦੀ ਤੇ ਇਹ ਬਦਲਦੀ ਰਹਿੰਦੀ ਆ ਕਿ ਹਰ ਇੱਕ ਨੂੰ ਮੌਕਾ ਦਿੰਦੀ ਆ ਹੂੰ ਸਹੀ ਗੱਲ ਜਿਵੇਂ ਆਪਾਂ ਆਪਣੀ ਆਪਣੀਆਂ ਗੱਲਾਂ ਹੋਰ ਹੀ ਚੱਲ ਪਈਆਂ ਵੀ ਜਿਵੇਂ ਆਪਾਂ ਇਹੀ ਗੱਲ ਕਰੀਏ ਨਾ ਔਰਤ ਦੇ ਟੌਰਚਰ ਹੁੰਦਾ ਕਿ ਮਰਦ ਦੇ ਟੌਰਚਰ ਹੁੰਦਾ ਜਿਵੇਂ ਪਿੱਛੇ ਜੇ ਆਪਾਂ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਵੀ ਫੈਮਿਨਿਜ਼ਮ ਕਾਫੀ ਚਰਚਾ ਚ ਰਿਹਾ ਹਨਾ ਉਹਦੋਂ ਸੰਬੰਧਿਤ ਲੇਖਕਾਂ ਦੀ ਗੱਲ ਹੁੰਦੀ ਰਹੀ ਆ ਤਾਂ ਮੈਂ ਦੇਖ ਰਿਹਾ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਨਾ ਇੱਕ ਤਾਂ ਉਹ ਲੋਕ ਨੇ ਜਿਹੜੇ ਆਪਣੇ ਹੱਕ ਮੰਗਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਮਤਲਬ ਵੀਡੀਓ ਉਹਨਾਂ ਨਾਲ ਕੋਈ ਤਰਾਸ ਦੀ ਵਾਪਰੀ ਹੁੰਦੀ ਜਾਂ ਜਿਨ੍ਹਾਂ ਨੇ ਕੁਝ ਮਾੜਾ ਕੀਤਾ ਉਹਨਾਂ ਦਾ ਬਦਲਾ ਲੈਂਦੇ ਆ ਤੇ ਇਹ ਔਰਤ ਮਰਦਾਂ ਚ ਦੋਨਾਂ ਚ ਇਹੋ ਜਿਹੇ ਲੋਕ ਨੇ ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਅਸੀਂ ਬਦਲਾ ਨਹੀਂ ਲੈਣਾਗੇ ਅਸੀਂ ਆਪਦੇ ਹੱਕ ਲੈਣੇ ਆ ਤੇ ਇੱਕ ਤੇ ਉਹ ਹੁੰਦੇ ਜਿਹੜੀ ਕਹਿੰਦੇ ਹੁੰਦੀ ਆ ਕਿ ਅਸੀਂ ਬਦਲਾ ਲੈਣਾ ਸਹੀ ਗਾ ਮੈਨੂੰ ਲੱਗਦਾ ਏਸੀ ਕਹਾਣੀ ਚ ਕੁਝ ਕੁ ਸੱਤਰਾਂ ਨੇ ਜਿੱਥੇ ਉਹ ਮੁੰਡਾ ਗੱਲ ਕਰਦਾ ਹੈ ਕਿ ਅਸੀਂ ਤੁਹਾਨੂੰ ਤਮਾਮ ਉਮਰ ਇੰਨੇ ਜ਼ਿਆਦਾ ਦੁੱਖ ਦਿੱਤੇ ਨੇ ਹੁਣ ਤੁਸੀਂ ਸਾਡੇ ਤੋਂ ਬਦਲਾ ਤਾਂ ਲਉਂਗੇ ਹੀ ਹਨਾ ਤੇ ਜਿਵੇਂ ਹੁਣ ਆਪਾਂ ਪਹਿਲਾਂ ਕਹਾਣੀ ਬਾਰੇ ਥੋੜਾ ਜਿਹਾ ਦੱਸਦੇ ਆ ਕਿ ਇਹਦੇ ਵਿੱਚ ਇੱਕ ਡਾਕਟਰ ਮੁੰਡਾ ਹੁੰਦਾ ਹੈ ਜਿਹੜਾ ਪੜਨਾ ਕੁਝ ਹੋਰ ਚਾਹੁੰਦਾ ਪਹਿਲਾਂ ਉਹਦਾ ਪਿਓ ਉਹਨੂੰ ਜ਼ਬਰਦਸਤੀ ਕਹਿ ਕੇ ਆ ਜਿਹੜਾ ਐਮਬੀਬੀਐਸ ਕਰਾਉਂਦਾ ਤੇ ਫਿਰ ਉਹ ਜਦੋਂ ਡਾਕਟਰ ਬਣ ਜਾਂਦਾ ਤਾਂ ਉਸ ਵਕਤ ਵੀ ਉਹਦਾ ਪਿਓ ਹੀ ਤੈਅ ਕਰਦਾ ਕਿ ਕਿਹੜੀ ਕੁੜੀ ਨਾਲ ਤੇਰਾ ਵਿਆਹ ਹੋਏਗਾ ਤੇ ਆਪਣੇ ਇੱਕ ਦੋਸਤ ਦੀ ਕੁੜੀ ਨਾਲ ਜਿਹੜੀ ਕਿ ਪੀ ਐਚ ਡੀ ਕੀਤੀ ਹੁੰਦੀ ਹੈ ਜੀਨੇ ਉਹਦੇ ਨਾਲ ਉਸ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਮੁੰਡਾ ਵਿਆਹ ਦੀ ਹਾਮੀ ਭਰਦਾ ਕਿਉਂਕਿ ਉਹ ਕੁੜੀ ਬਚਪਨ ਤੋਂ ਹੀ ਉਹਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਆ ਤੇ ਜਦੋਂ ਦੋਵਾਂ ਦਾ ਵਿਆਹ ਹੋ ਜਾਂਦਾ ਤਾਂ ਤੈਅ ਇਹ ਹੁੰਦਾ ਹੈ ਕਿ ਮੁੰਡਾ ਜਿਹੜਾ ਉਹ ਕੁੜੀ ਦੇ ਘਰ ਜਾ ਕੇ ਰਹੂਗਾ ਤੇ ਉਹ ਕੁੜੀ ਦੇ ਘਰ ਜਾ ਕੇ ਰਹਿੰਦਾ ਉੱਥੇ ਉਹਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਉਹਦੇ ਪਿਓ ਨੇ ਕੁੜੀ ਦੀ ਪ੍ਰਾਪਰਟੀ ਨਾਲ ਉਹਦਾ ਵਿਆਹ ਕੀਤਾ ਤੇ ਦੋਨਾਂ ਦੀ ਜਿਹੜੀ ਸੋਚ ਆ ਦੋਨਾਂ ਦੀ ਜ਼ਿੰਦਗੀ ਦਾ ਰਹਿਣ ਸਹਿਣਾ ਉਹ ਬਿਲਕੁਲ ਵੱਖਰਾ ਹੁੰਦਾ ਕੁੜੀ ਸ਼ਹਿਰ ਚ ਪਲੀ ਵੱਡੀ ਹੁੰਦੀ ਆ ਮੁੰਡਾ ਜਿਹੜਾ ਉਹ ਪਿੰਡ ਤੋਂ ਹੁੰਦਾ ਤੇ ਫਿਰ ਉੱਥੇ ਜਾ ਕੇ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਕਿ ਜਿਹੜੀ ਕੁੜੀ ਮੈਨੂੰ ਸ਼ੁਰੂ ਤੋਂ ਹੀ ਇੰਨੀ ਜ਼ਿਆਦਾ ਪਸੰਦ ਸੀ ਮੈਂ ਉਹਨੂੰ ਬਹੁਤ ਜ਼ਿਆਦਾ ਖੁਸ਼ ਰੱਖਾਂ ਤੇ ਉੱਥੇ ਉਹ ਦੱਸਦਾ ਕਿ ਕਿੰਨੀ ਵਾਰ ਉਹ ਝੁਕਦਾ ਉਹਦੀ ਖੁਸ਼ੀ ਅੱਗੇ ਕਿਵੇਂ ਉਹ ਮਹਾਨ ਬਣਨ ਦੀ ਕੋਸ਼ਿਸ਼ ਚ ਕਿ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਆ ਜਿਹੜਾ ਜਨਾਨੀ ਤੇ ਅਤਿਆਚਾਰ ਕਰਦਾ ਜਾਂ ਜਨਾਨੀ ਦੀ ਗੱਲ ਨਹੀਂ ਸੁਣਦਾ ਤਾਂ ਉਹ ਉਹਦੀਆਂ ਬਹੁਤ ਛੋਟੀਆਂ ਤੋਂ ਛੋਟੀਆਂ ਗੱਲਾਂ ਵੀ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਤਵੱਜੋ ਦਿੰਦਾ ਪਰ ਉਸ ਕੁੜੀ ਨੂੰ ਕਿਸੇ ਹੋਰ ਨਾਲ ਮੁਹੱਬਤ ਹੁੰਦੀ ਆ ਤੇ ਏਸੇ ਜਿਹੜੀ ਕਸ਼ਮਕਸ਼ ਚ ਇਹ ਸਾਰੀ ਕਹਾਣੀ ਚੱਲਦੀ ਆ ਜਿਵੇਂ ਮੈਨੂੰ ਐ ਲੱਗਿਆ ਵੀ ਉਹਨੂੰ ਸ਼ੁਰੂ ਤੋਂ ਹੀ ਪਤਾ ਸੀ ਮੁੰਡੇ ਨੂੰ ਹਨਾ ਕਿ ਉਹਦੀ ਘਰ ਵਾਲੀ ਉਹਨੂੰ ਤਵੱਜੋ ਨਹੀਂ ਦੇ ਰਹੀ ਉਹ ਉਹਦਾ ਇੱਕ ਸਾਰਾ ਜਿਹਨੂੰ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਆ ਉਹਦੇ ਬਾਰੇ ਸਾਰਾ ਦਿਨ ਉਹ ਗੱਲਾਂ-ਬੱਤਾਂ ਕਰਦੀ ਰਹਿੰਦੀ ਆ ਫਿਰ ਉਹ ਟੂਰ ਤੇ ਜਦੋਂ ਉਹ ਪਲਾਨ ਬਣਾਉਂਦੀ ਆ ਉਹਦੇ ਨਾਲ ਕਿ ਉਹਨੇ ਟੂਰ ਤੇ ਜਾਣਾ ਉਹਨਾਂ ਨੇ ਹਨਾ ਤੇ ਉਹ ਉਹਦੇ ਬਾਰੇ ਉਹਨੂੰ ਦੱਸਦੀ ਆ ਵੀ ਜੇ ਸਰ ਜਾਣਗੇ ਮੈਂ ਤਾਂ ਜਾਉਂਗੀ ਤੇ ਸਰ ਜਦੋਂ ਉਹਦਾ ਨਹੀਂ ਜਾਂਦਾ ਤੇ ਉਹ ਕਹਿ ਦਿੰਦੀ ਆ ਮੈਂ ਟੂਰ ਤੇ ਨਹੀਂ ਜਾਣਾ ਮਤਲਬ ਇੰਨੀ ਸਪਸ਼ਟ ਹੋ ਕੇ ਉਹ ਬੰਦੇ ਨਾਲ ਸਾਰੀ ਗੱਲ ਕਰ ਰਹੀ ਆ ਜਿੱਥੋਂ ਮੈਨੂੰ ਲੱਗਦਾ ਵੀ ਇੱਕ ਆਮ ਪਾਠਕ ਨੂੰ ਵੀ ਸਮਝ ਆ ਰਿਹਾ ਕਿ ਉਹ ਉਹਦੇ ਨਾਲ ਧੋਖਾ ਕਰਦੀ ਆ ਤੇ ਉਹ ਫਿਰ ਵੀ ਉਹਦੇ ਅੱਗੇ ਝੁਕੀ ਜਾਂਦਾ ਝੁਕੀ ਜਾਂਦਾ ਮੈਨੂੰ ਇਸ ਕਹਾਣੀ 'ਚ ਵੈਸੇ ਬੰਦੇ ਦਾ ਇਹ ਮਜਾਜ ਬਹੁਤ ਘੱਟ ਦੇਖਣ ਨੂੰ ਮਿਲਦਾ ਜਿਵੇਂ ਦਾ ਇਹਦੇ 'ਚ ਬੁਣਿਆ ਆ ਇਦ ਇਹਨਾਂ ਰਪਿੰਦਰ ਇੱਕ ਪਾਤਰ ਹੋਰ ਵੀ ਹੈਗਾ ਜਿਹਨੂੰ ਉਹ ਵਿਦਵਾਨ ਕਹਿੰਦੇ ਨੇ ਕੋਈ ਵਿਦਵਾਨ ਉਹ ਡਾਕਟਰ ਕੋਲੇ ਆਉਂਦਾ ਹੁੰਦਾ ਹੈ ਨਾ ਉਹ ਵਿਦਵਾਨ ਇਹ ਕਹਿੰਦਾ ਤੇ ਕਹਿੰਦਾ ਵੀ ਕਈ ਵਾਰੀ ਬਹੁਤ ਚੰਗਾ ਬਨਣਾ ਛੁੱਡੂ ਬਨਣ ਵਾਲਾ ਪਹਿਲਾ ਕਦਮ ਹੁੰਦਾ ਹੈ ਨਾ ਤੇ ਇੱਕ ਤਰ੍ਹਾਂ ਨਾਲ ਉਹਨੇ ਕਹਿਤਾ ਵੀ ਉਹ ਚੰਗਾ ਬਣਦਾ ਬਣਦਾ ਛੁੱਡੂ ਬਨ ਗਿਆ ਸੀ ਵੀ ਉਹਦੇ ਸਾਹਮਣੇ ਕੁਝ ਵੀ ਹੋ ਰਿਹਾ ਬੋਲਦਾ ਹੀ ਨਹੀਂ ਸੀਗਾ ਨਾ ਤਾਂ ਪਰ ਵੈਸੇ ਮੈਨੂੰ ਲੱਗਦਾ ਹੁੰਦਾ ਕਿ ਹਾਂ ਪਾਠਕ ਨੂੰ ਪਤਾ ਲੱਗਦਾ ਤਾਂ ਪਤਾ ਉਹਨੂੰ ਵੀ ਲੱਗਦਾ ਹੋਊਗਾ ਉਹਦੇ ਘਰ ਵਾਲੇ ਨੂੰ ਨਾ ਪਰ ਜਾਂ ਤਾਂ ਉਹ ਇਹ ਸੀਗਾ ਇਸ ਕਹਿ ਸਕਦੇ ਆਪਾਂ ਵੀ ਅੜੀ ਗਰੇ ਸੀ ਜਲ ਵੀ ਕਿਤੇ ਨਾ ਕਿਤੇ ਮਾਹੌਲ ਸੁਧਰ ਜਾਣਗੇ ਨਾ ਜਮਾ ਉਹ ਅਖੀਰ ਤੇ ਉਹਦੇ ਬੋਲੇ ਜਦੋਂ ਜਮਾ ਪਾਣੀ ਸਿਰ ਤੋਂ ਦੀ ਨੰਗਿਆ ਤੇ ਜਾਂ ਆਪ ਇਹ ਕਹਿ ਸਕਦੇ ਆਂ ਵੀ ਉਹ ਭਾਵਕ ਹੀ ਨਾ ਸੀਗਾ ਉਹਨੂੰ ਨਹੀਂ ਪਤਾ ਲੱਗਿਆ ਹੁਣ ਇਸ ਚੀਜ਼ ਦਾ ਕਿਉਂਕਿ ਇੱਕ ਇਹ ਵੀ ਹੈਗਾ ਨਾ ਰੁਪਿੰਦਰ ਕਿ ਅਸੀਂ ਦੋਸਤੀ ਦੇ ਰਿਸ਼ਤੇ ਦੇ ਵਿੱਚ ਬਹੁਤ ਕੁਝ ਨਿਕੋ ਲੈਨੇ ਆਂ ਮਤਲਬ ਅਸੀਂ ਕਹਿਣੇ ਹੁੰਦਾ ਕਿ ਮੇਰਾ ਦੋਸਤ ਚਾਹੇ ਰਿਸ਼ਤਾ ਕੋਈ ਵੀ ਹੋਵੇ ਤੋਂ ਲੋ ਕਹਿ ਰਹੀ ਸੀ ਮੇਰੇ ਸਰ ਨੇ ਉਹ ਹੈ ਨਾ ਪਰ ਉਹ ਉਸ ਰਿਸ਼ਤੇ ਚ ਉਹ ਆਪਣਾ ਸਾਰਾ ਕੁਝ ਲਕੋ ਰਹੀ ਸੀ ਬਿਲਕੁਲ ਤੇ ਉਹਦੀ ਸੱਸ ਵੀ ਉਹਨੂੰ ਕਿਤੇ ਨਾ ਕਿਤੇ ਮਤਲਬ ਇਹ ਚੀਜ਼ ਦੱਸਦੀ ਐ ਇਨਡਾਇਰੈਕਟਲੀ ਵੀ ਹਾਂ ਤੇਰਾ ਘਰ ਬਰਬਾਦ ਹੋ ਰਿਹਾ ਹੈ ਨਾ ਮੁੰਡੇ ਨੂੰ ਉਹ ਸਮਝਾਉਂਦੀ ਐ ਵੀ ਮੇਰੀ ਕੁੜੀ ਨੂੰ ਥੋੜੀ ਜਿਹੀ ਲਗਾਮ ਲਾ ਕੇ ਰੱਖ ਤੇ ਉਹ ਫਿਰ ਵੀ ਮਤਲਬ ਇੰਨੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਵੀ ਮੈਨੂੰ ਐ ਲੱਗਿਆ ਵੀ ਬਹੁਤ ਜ਼ਿਆਦਾ ਕੁੜੀਆਂ ਦੀਆਂ ਜਦੋਂ ਕਹਾਣੀਆਂ ਸੁਣਦੇ ਆ ਨਾ ਤਾਂ ਉਹ ਕਹਿੰਦੀਆਂ ਹੁੰਦੀਆਂ ਨੇ ਕਿ ਜੇ ਮੇਰਾ ਕਰ ਵਾਲਾ ਜਾਂ ਮੇਰਾ ਲਾਈਫ ਪਾਰਟਨਰ ਮੈਨੂੰ ਧੋਖਾ ਕਰਦਾ ਪਿਆ ਹਨ ਤਾਂ ਮੈਂ ਹੋਰ ਚੰਗੀ ਬਣਨ ਦੀ ਕੋਸ਼ਿਸ਼ ਕਰਦੀ ਹੁੰਨੀ ਆ ਸਾਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਵੀ ਇਹਦਾ ਹੋਰ ਧਿਆਨ ਰੱਖੋ ਇਹਦੀ ਹੋਰ ਪੁੱਛਗਿੱਛ ਕਰੋ ਮਤਲਬ ਇਹਨੂੰ ਆਏ ਨੂੰ ਗਰਮ ਰੋਟੀ ਦਿਓ ਇਹ ਜਿਹੇ ਟਿਪਸ ਤੁਹਾਨੂੰ ਜਨਾਨੀਆਂ ਦਿੰਦੀਆਂ ਹੁੰਦੀਆਂ ਨੇ ਆਪਸ ਵਿੱਚ ਨਾ ਤੇ ਉਹ ਉਹ ਮੁੰਡਾ ਉੱਥੇ ਐਵੇਂ ਦੇ ਐਫਰਟਸ ਕਰ ਰਿਹਾ ਉਹ ਜਦੋਂ ਰਾਤ ਨੂੰ ਆਉਂਦੀ ਹੈ ਉਹਨੂੰ ਲੱਗਦਾ ਕਿ ਇਹਨੂੰ ਸਵੇਰੇ ਬੈੱਟੀ ਮੈਂ ਬਣਾ ਕੇ ਦਿਵਾ ਨਾ ਵੀ ਇਹਨੂੰ ਮਹਿਸੂਸ ਹੋਵੇ ਮੈਂ ਇਹਨੂੰ ਕਿੰਨਾ ਪਿਆਰ ਕਰਦਾ ਤੇ ਉੱਥੇ ਉਹ ਕੁੜੀ ਸਾਰੀਆਂ ਚੀਜ਼ਾਂ ਮਹਿਸੂਸ ਨਹੀਂ ਕਰਦੀ ਹੈਗੀ ਬਿਲਕੁਲ ਮਤਲਬ ਬਿਲਕੁਲ ਆਪੋਜੀਟ ਮિજાਜ ਦੀ ਹੁੰਦੀ ਹੈ ਜਿਵੇਂ ਮੈਂ ਸਮਝ ਲਾਂ ਵੀ ਇੱਕ ਬੰਦੇ ਦੇ ਮિજાਜ ਵਰਗੀ ਆ ਉਹ ਜਿਹਨੂੰ ਫਰਕ ਨਹੀਂ ਪੈਂਦਾ ਵੀ ਮੇਰਾ ਘਰ ਵਾਲਾ ਮੇਰੇ ਲਈ ਕੀ ਕਰਦਾ ਉਹਤਨੇ ਰਿੰਦਰ ਜਮਾ ਖੀਰ ਤੇ ਜਦੋਂ ਇਹ ਕਹਾਣੀ ਦੇ ਵਿੱਚ ਘਟਨਾ ਹੈਗੀ ਘੰਡੇ ਤੁਸੀ ਦੱਸ ਹੀ ਦਿੱਤੀ ਬੋਲ ਕੇ ਵੀ ਕਿਵੇਂ ਹਣਾ ਜਦੋਂ ਲੜਦੇ ਆ ਤੋ ਜਿਹੜਾ ਹਰਿੰਦਰ ਸਿੰਘ ਰਾਏ ਇਹਦਾ ਨਾਮ ਫਿਰ ਮਖੌਤਰ ਦਾ ਉਹ ਕਹਿੰਦਾ ਹੁੰਦਾ ਤੈਨੂੰ ਇਹ ਲੱਗਦਾ ਵੀ ਤੇਰੀ ਪ੍ਰਾਪਰਟੀ ਦੇ ਮਾਰੇ ਨੇ ਵਿਆਹ ਕਰਵਾਇਆ ਮੈਂ ਵੀ ਮੇਰੇ ਪਿਓ ਨੂੰ ਹੋ ਸਕਦਾ ਲੱਗਦਾ ਹੋਵੇ ਪਰ ਮੈਨੂੰ ਨਹੀਂ ਲੱਗਦਾ ਗਿਆ ਤੋ ਕੁੜੀ ਉਹਦੇ ਨਾਲ ਬੜੀ ਹਰਾਨੀ ਭਰੀ ਅੱਖਾਂ ਨਾਲ ਦੇਖਦੀ ਆ ਜਿਵੇਂ ਉਹਨੂੰ ਲੱਗਦਾ ਹੋਵੇ ਵੀ ਇਹ ਬੰਦਾ ਬੰਦੇ ਨੇ ਮੇਰੇ ਨਾਲ ਪ੍ਰਾਪਰਟੀ ਵਾਸਤੇ ਵਿਆਹ ਕਰਵਾਇਆ ਤੇ ਪ੍ਰਾਪਰਟੀ ਕਰਕੇ ਸਾਰਾ ਕੁਝ ਜਰੀ ਜਾਂਦਾ ਇਹ ਉੱਥੇ ਜਿਹੜੇ ਘਟਨਾ ਕੋ ਉੱਥੇ ਉਹਨੂੰ ਕਲੀਅਰ ਹੁੰਦਾ ਵੀ ਨਹੀਂ ਇਹ ਬੰਦਾ ਪ੍ਰਾਪਰਟੀ ਕਰਕੇ ਨਹੀਂ ਕਰ ਰਿਹਾ ਤੇ ਉਹ ਪੁੱਛਦੀ ਆ ਜੇ ਵੀ ਪ੍ਰਾਪਰਟੀ ਚਾਹੀਦੀ ਤੇ ਫਿਰ ਤੂੰ ਕਿਉਂ ਕਰਦਾ ਸੀਗਾ ਤੋ ਉਹ ਕਹਿੰਦਾ ਤੇ ਬਾਕੀ ਇੱਕ ਆਪਾਂ ਆਮ ਹੀ ਗੱਲਾਂ ਕਰਦੇ ਹੁੰਦੇ ਆ ਵੀ ਇੰਨੇ ਕੌੜੇ ਵੀ ਨਾ ਬਣੋ ਵੀ ਤੁਹਾਨੂੰ ਕੋਈ ਥੁੱਕ ਦੇ ਤੇ ਇੰਨੇ ਮਿੱਠੇ ਵੀ ਨਾ ਬਣੋ ਵੀ ਤੁਹਾਨੂੰ ਕੋਈ ਖਾਈ ਦੇਵੇ ਉਹਦਾ ਮੁੱਖ ਪਾਤਰ ਸੀ ਉਹ ਵਿਚਾਰ ਇੰਨਾ ਮਿੱਠਾ ਬਣ ਜਾਂਦਾ ਵੀ ਉਹਦੀ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ ਹੈ ਨਾ ਉਹ ਘਰ ਦੇ ਵਿੱਚ ਹੋ ਕੇ ਵੀ ਗੈਰ ਹਾਜ਼ਰ ਹੋ ਜਾਂਦਾ ਹੂੰ ਫਿਰ ਇਹ ਇਹ ਚ ਦੇਖ ਇੱਕ ਮਾਨਸਿਕਤਾ ਵੀ ਕਿਹੋ ਜੀ ਹੈ ਨਾ ਮੈਂ ਇੱਕ ਵਾਰੀ ਰਾਜਕੁਮਾਰੀ ਜਿਹੜੀ ਡਾਇਨਾ ਸੀ ਹੈ ਨਾ ਉਹਦੀ ਇੱਕ ਇੰਟਰਵਿਊ ਸੁਣੀ ਉਹਨਾਂ ਨੇ ਕਿਹਾ ਸੀਗਾ ਕਿ ਸਭ ਤੋਂ ਜ਼ਿਆਦਾ ਮਤਲਬ ਤਕਲੀਫ ਦੇ ਇਹ ਹੁੰਦਾ ਕਿ ਤੁਸੀਂ ਜਿਹਨੂੰ ਮੁਹੱਬਤ ਕਰਦੇ ਹੋ ਕਿਸੇ ਹੋਰ ਨੂੰ ਮੁਹੱਬਤ ਕਰ ਰਿਹਾ ਹੈ ਨਾ ਮਤਲਬ ਕਿਸੇ ਨੂੰ ਚਾਉਣਾ ਤੁਸੀਂ ਤੇ ਉਹ ਤੁਹਾਨੂੰ ਚਾਉਂਦਾ ਨਹੀਂ ਇਸ ਚੀਜ਼ ਚ ਮੈਨੂੰ ਇਹ ਚੀਜ਼ ਲੱਗੀ ਕਿ ਉਸ ਬੰਦੇ ਨੂੰ ਕਲੀਅਰ ਪਤਾ ਹੈ ਕਿ ਉਹ ਕੁੜੀ ਮੈਨੂੰ ਨਹੀਂ ਚਾਹੁੰਦੀ ਆਪਣੀ ਜ਼ਿੰਦਗੀ ਚ ਉਹ ਮੈਨੂੰ ਇੱਕ ਘਰ ਵਾਲੇ ਦੇ ਤੌਰ ਤੇ ਉਨੀ ਇੱਜ਼ਤ ਜਾਂ ਉਨੀ ਤਵੱਜੋ ਨਹੀਂ ਦਿੰਦੀ ਉਹਨੂੰ ਸਾਫ਼ ਕਹਿ ਦਿੰਦੀ ਹੈ ਕਿ ਆਪਾਂ ਬੱਚਾ ਨਹੀਂ ਕਰਾਂਗੇ ਤੇ ਫਿਰ ਉਹ ਨੂੰ ਸਾਫ਼ ਕਹਿੰਦੀ ਹੈ ਕਿ ਮੈਂ ਤੇਰਾ ਗੋਤ ਆ ਜਿਹੜਾ ਆਪਣੇ ਨਾਂ ਨਾਲ ਨਹੀਂ ਲਾਉਂਗੀ ਹਨਾ ਕਿਉਂਕਿ ਇਹ ਗੋਤ ਆ ਜਿਹੜਾ ਮੈਨੂੰ ਬੁਰਾ ਲੱਗਦਾ ਮਤਲਬ ਮੈਨੂੰ ਐ ਲੱਗਦਾ ਵੀ ਇਹ ਕਿਸੇ ਉੱਚੇ ਜਿਹੜੀ ਕਾਸਟ ਆ ਉਹਦਾ ਗੋਤ ਨਹੀਂ ਹੁੰਦਾ ਹਨਾ ਤੇ ਉਹ ਸਾਰੀਆਂ ਚੀਜ਼ਾਂ ਮੰਨੀ ਜਾਂਦਾ ਮੰਨੀ ਜਾਂਦਾ ਤੇ ਉਹਨੂੰ ਪਤਾ ਵੀ ਆ ਕਿਉਂ ਮੈਨੂੰ ਪਿਆਰ ਨਹੀਂ ਕਰਦੀ ਹੈਗੀ ਤੇ ਉੱਥੇ ਮੈਨੂੰ ਐਂ ਲੱਗਿਆ ਕਿ ਕਈ ਵਾਰੀ ਤੁਸੀਂ ਜਿਹਨੂੰ ਖੁਦ ਪਿਆਰ ਕਰਦੇ ਹੋ ਤੁਸੀਂ ਉਹਦੇ 'ਚ ਕਈ ਕਮੀਆਂ ਨੇ ਜਿਹੜੀਆਂ ਤੁਹਾਨੂੰ ਸਮਝੇ ਨਹੀਂ ਆਉਂਦੀਆਂ ਨਾ ਸਿਰਫ ਤੁਸੀਂ ਇਹੀ ਨੋਟਿਸ ਕਰਦੇ ਰਹਿੰਦੇ ਹੋ ਕਿ ਮੈਂ ਇਹਨੂੰ ਬਹੁਤ ਪਿਆਰ ਕਰਦਾ ਮੈਂ ਇਹਦੇ ਬਿਨਾ ਨਹੀਂ ਰਹਿ ਸਕਦਾ ਤੇ ਉਸ ਚੀਜ਼ ਪਿੱਛੇ ਕਿੰਨਾ ਮਾਨਸਿਕ ਅਤਿਆਚਾਰ ਜੁੜ ਜਾਂਦਾ ਤੇ ਅਖੀਰ ਤੇ ਜਦੋਂ ਉਹ ਕਹਿੰਦਾ ਉਹਨੂੰ ਹੈਨਾ ਬਨ ਲੈਂਦਾ ਉਹਦੀ ਫ੍ਰਸਟ੍ਰੇਸ਼ਨ ਕਿੰਨੀ ਆ ਮਤਲਬ ਉਹ ਕਿੰਨਾ ਜਿਆਦਾ ਡਿਪਰੈਸ਼ਨ ਵਰਗੀ ਦੀ ਸਥਿਤੀ ਹੋ ਜਾਂਦੀ ਹੈ ਮਤਲਬ ਗੱਲ ਕੱਟੀ ਜਾਂਦੀ ਹੈ ਵੀ ਉਹ ਤਾਂ ਹੋਸ਼ 'ਚ ਰਹਿ ਕੇ ਨਹੀਂ ਕੁਝ ਵੀ ਕੀਤਾ ਕਿ ਉਹ ਇਹਨੂੰ ਸ਼ਰਾਬ ਪੀਤੀ ਉਹ ਸ਼ਰਾਬ ਪੀਂਦਾ ਨਾ ਸਿਗਰਟ ਪੀਂਦਾ ਉਹ ਇੱਕ ਹੋਰ ਵੀ ਗੱਲ ਹੈਗੀ ਆ ਉਹ ਜਦੋਂ ਜਾਂਦਾ ਕੀ ਉਹਦਾ ਸਟੋਰ ਹੁੰਦਾ ਤਾਂ ਉੱਥੇ ਉਹ ਸ਼ਰਾਬ ਸਿੱਕ ਤਾਂ ਪਈਆਂ ਹੁੰਦੀਆਂ ਉਹ ਦੇਖਦਾ ਉਹ ਕਹਿੰਦਾ ਯਾਰ ਮੈਨੂੰ ਪਤਾ ਹੀ ਹੋਣ ਲੱਗਿਆ ਚੱਲਦਾ ਵੀ ਬਹੁਤ ਸਮਝ ਆ ਰਿਹਾ ਵੀ ਮਤਲਬ ਉਹਨੂੰ ਲੱਗਿਆ ਕਿ ਤਨ ਕਿਤੇ ਸਾਈਕੋਲੋਜੀਕਲੀ ਵੀ ਜਿਹੜੀਆਂ ਇਹ ਚੀਜ਼ਾਂ ਮੈਂ ਲੈ ਜਾ ਕੇ ਰੱਖ ਰਿਹਾ ਸੀਗਾ ਇਹ ਫਰਸਟੇਸ਼ਨ ਘਟਾਉਣ ਵਾਸਤੇ ਰੱਖ ਰਿਹਾ ਸੀਗਾ ਨਾ ਭਰਾਸ ਘਟਾਉਣ ਵਾਸਤੇ ਰੱਖ ਰਿਹਾ ਸੀਗਾ ਪਰ ਉਹ ਤਾਂ ਨਿਕਲੀ ਨਹੀਂ ਗਈ 2 ਸਾਲਾ 3 ਸਾਲਾ ਬਾਅਦ ਉਹ ਉਹ ਚੀਜ਼ਾਂ ਚੱਕੀਆਂ ਉੱਥੋਂ ਸਟੋਰ ਦੇ ਵਿੱਚੋਂ ਸ਼ਰਾਬ ਚੱਕੀ ਸ਼ਰਾਬ ਪੀਤੀ ਫਿਰ ਉਹਨੇ ਫਿਕਰ ਨਾਲ ਪੀਤੀਆਂ ਵੀ ਪਹਿਲਾਂ ਉਹਨੇ ਉਹ ਇੱਕ ਤਰ੍ਹਾਂ ਨਾਲ ਕਹਿਆ ਜੀ ਅੱਧਾ ਕਿ ਬੇਹੋਸ਼ ਹੋਇ ਵੀ ਆਪਣੇ ਉਰੇ ਨਾ ਬਹੁਤ ਵਾਰੀ ਇਹ ਹੁੰਦਾ ਆਪਣੇ ਨਾ ਰਿਸ਼ਤਾ ਆਉਂਦਾ ਤੇ ਆਪਾਂ ਆਪਣੇ ਮਾਪਿਓ ਦੇ ਪ੍ਰੈਸ਼ਰ ਚ ਜਾਂ ਕਿਸੇ ਮਤਲਬ ਰਿਸ਼ਤਾ ਦੇ ਜ਼ਿਆਦਾ ਪ੍ਰੈਸ਼ਰ ਚ ਵਿਆਹ ਕਰਵਾ ਲੈਂਦੇ ਵਿਆਹ ਲਈ ਹਾਂ ਕਰ ਦਿੰਦੇ ਆ ਤੇ ਫਿਰ ਆਪਾਂ ਉਹ ਤਕਲੀਫ ਸਾਰੀ ਉਮਰ ਭੁਗਤਦੇ ਆ ਤਾਂ ਇੱਥੇ ਜਿਹੜਾ ਪਾਤਰ ਹੁੰਦਾ ਮੁੱਖ ਹਰਿੰਦਰ ਸਿੰਘ ਰਾਏ ਤਾਂ ਉਹ ਵੀ ਕਿਤੇ ਨਾ ਕਿਤੇ ਲੱਗਦਾ ਕਿ ਉਹ ਆਪਣੇ ਪਿਓ ਦੇ ਪ੍ਰੈਸ਼ਰ ਚ ਆ ਕੇ ਵਿਆਹ ਕਰਵਾਉਂਦਾ ਕੁੜੀ ਨਾਲ ਕਿਉਂਕਿ ਮੈਨੂੰ ਜਿੰਨਾ ਇੱਕ ਪਾਠ ਕੋ ਜੋ ਮੈਂ ਦੇਖਿਆ ਹਨ ਵੀ ਉਹ ਕੁੜੀ ਕੱਲੀ ਹੁੰਦੀ ਆ ਤੇ ਉਹਦਾ ਪਿਓ ਕਹਿੰਦਾ ਵੀ ਆ ਵੀ ਉਹ ਕੱਲੀ ਕੁੜੀ ਆ ਵੀ ਉਹਦਾ ਪਿਓ ਡਾਕਟਰ ਆ ਤੇ ਜਵੇਂ ਜਾਂਦਾ ਤਾਂ ਚੰਗੀ ਹੈਗੀ ਉਥੇ ਆਪਾਂ ਵਿਆਹ ਕਰਨ ਉਹ ਕਰਵਾ ਲੈਂਦਾ ਤੋਂ ਜਿਹੜਾ ਮੈਂ ਪਹਿਲਾਂ ਵੀ ਗੱਲ ਕਰਕੇ ਕਿਹਾ ਕਿ ਉਹ ਉੱਥੇ ਨਾ ਉਹ ਦੇਵਦਾਰ ਦੇ ਰੁੱਖ ਦਾ ਮਤਲਬ ਕੋਈ ਬਣਦਾ ਨਹੀਂ ਮੈਨੂੰ ਲੱਗਦਾ ਉਹ ਲੇਖਕ ਨੇ ਇਸੇ ਇੱਕ ਪ੍ਰਤੀਕ ਵਜੇ ਵਰਤਿਆ ਉੱਥੇ ਉਹ ਦੇਵਦਾਰ ਦਾ ਰੁੱਖ ਲਾਉਂਦਾ ਉੱਥੇ ਦੇ ਲਾ ਕੇ ਮਨ ਲੋ ਇਹ ਵੀ ਲਿਖਦਾ ਕਿ ਬਗਾਨੀ ਮਿੱਟੀ 'ਚ ਰੁੱਖ 몰ਦਾ ਨਹੀਂ ਹੁੰਦਾ ਹਨ ਫਿਰ ਜਦੋਂ ਕਾਣੀ ਦਾ ਖੀਰ ਹੁੰਦਾ 2 ਸਾਲ ਉਹਨਾਂ ਦੇ ਵਿੱਚ ਉਹ ਕਲੇਸ਼ ਚੱਲੀ ਜਾਂਦਾ 2 ਸਾਲ ਬਾਅਦ ਉਹ ਬੰਦਾ ਬੋਲਦਾ ਉਹਦੇ ਅੱਗੇ ਸਾਰਾ ਕੁਝ ਹੁੰਦਾ ਤੇ ਉਹ ਉੱਥੋਂ ਜਾਂਦਾ ਉਹ ਦੇਵਦਾਰ ਦਾ ਰੁੱਖ ਪੱਟ ਕੇ ਵੀ ਨਾਲ ਲੈ ਕੇ ਜਾਂਦਾ ਮਤਲਬ ਕਿ ਜਿਹੜਾ ਉਹ ਇੱਕ ਗੁਲਾਮੀ ਵਾਲਾ ਮਾਹੌਲ ਸਿਰਜਿਆ ਜਾਂਦਾ ਹੁੰਦਾ ਨਾ ਉਹ ਦੇਵਦਾਰ ਇੱਥੇ ਉਹ ਮੁੱਖ ਪਾਤਰੀ ਆ ਹਰਿੰਦਰ ਸਿੰਘ ਰਾਏ ਇੱਕ ਦੇਵਦਾਰੀ ਆ ਨਾ ਜਿਹੜਾ ਸੌਰਾਂ ਦੇ ਘਰ ਆ ਕੇ ਰਹਿਣ ਲੱਗ ਪਿਆ ਸੀਗਾ ਉੱਥੇ ਉਹ ਤਾਂ ਵਧਿਆ ਫੁੱਲਿਆ ਨਹੀਂ ਗਿਆ ਉਹ ਜਦੋਂ ਦੇਵਦਾਰ ਦਾ ਰੁੱਖ ਪੱਟ ਕੇ ਲੈ ਜਾਂਦਾ ਤਾਂ ਮਤਲਬ ਉਹ ਘਰ ਛੱਡ ਕੇ ਚਲਾ ਜਾਂਦਾ ਨਾ ਤਾਂ ਮੈਨੂੰ ਲੱਗਦਾ ਵੀ ਉਹਨੇ ਸਾਰੀ ਉਮਰ ਉਹਨੇ ਦੂਰੀ ਗੁਲਾਮੀ ਕੱਟੀ ਉਹ ਇੱਕ ਤਾਂ ਆਪਣੇ ਪਿਓ ਦੀ ਪਿਓ ਨੇ ਕਿਹਾ ਸੀ ਪਿਓ ਦਾ ਪ੍ਰੈਸ਼ਰ ਸੀਗਾ ਉੱਤੋਂ ਘਰ ਵਾਲੀ ਦਾ ਸੀਗਾ ਮੈਨੂੰ ਮੈਨੂੰ ਮੈਂ ਐਂ ਜੇ ਸਮਝਦਾ ਨਾ ਦੂਜੀ ਚੀਜ਼ ਮੈਨੂੰ ਆਪਾਂ ਕਈ ਵਾਰੀ ਕਿਸੇ ਨਾਲ ਇੰਨੀਆਂ ਵਧਿਕੀਆਂ ਕਰੀ ਜਾਂਦੇ ਆ ਜ਼ਿੰਦਗੀ 'ਚ ਆਪਾਂ ਸਮਝਦੇ ਆ ਕਿ ਇਹ ਇਹਨਾਂ ਨੂੰ ਸਹਿ ਰਿਹਾ ਸ਼ਾਇਦ ਇਹਦੇ 'ਚ ਮਤਲਬ ਇਹ ਇਹਦੀ ਜ਼ਰੂਰਤ ਆ ਸਹਿਣਾ ਹਨਾ ਆਪਾਂ ਇਹ ਨਹੀਂ ਦੇਖਦੇ ਕਿ ਹੋ ਸਕਦਾ ਉਹਦੀ ਜ਼ਰੂਰਤ ਕੁਛ ਹੋਰ ਹੋਵੇ ਮਤਲਬ ਸਹਿਣਾ ਉਸ ਮੁੰਡੇ ਦੀ ਮਜਬੂਰੀ ਨਹੀਂ ਹੈਗੀ ਉਹ ਡਾਕਟਰ ਆ ਉਹਨੂੰ ਇਹ ਵੀ ਲੱਗਦਾ ਕਿ ਉਹਦੀ ਘਰ ਵਾਲੀ ਨੇ ਵੀ ਇੱਕ ਡਾਕਟਰ ਦਾ ਸਟੇਟਸ ਪਾਉਣ ਲਈ ਉਹ ਯੋਦੇ ਨਾਲ ਵਿਆਹ ਕਰਾਇਆ ਹਨਾ ਕਿ ਉਹਨੂੰ ਇੱਕ ਚੰਗਾ ਮਤਲਬ ਸਕਸੈਸਫੁਲ ਹਸਬੰਡ ਚਾਹੀਦਾ ਸੀਗਾ ਤੇ ਦੂਜੇ ਪਾਸੇ ਬੰਦਾ ਉਹਨੂੰ ਉਹ ਚਾਹੀਦਾ ਸੀ ਜਿਹਨੂੰ ਉਹ ਪਸੰਦ ਕਰਦੀ ਆ ਮਤਲਬ ਹੈਨਾ ਵੀ ਜਿਹਨੂੰ ਮੁਹੱਬਤ ਕਰਦੀ ਸੀ ਜ਼ਿੰਦਗੀ ਚ ਉਹਨੂੰ ਉਹ ਚਾਹੀਦਾ ਸੀ ਪਰ ਸਟੇਟਸ ਉਹਨੂੰ ਡਾਕਟਰ ਦਾ ਚਾਹੀਦਾ ਸੀ ਤੇ ਉੱਥੇ ਜਦੋਂ ਆਪਾਂ ਕਿਸੇ ਨਾਲ ਇੰਨੀਆ ਜ਼ਿਆਦਾ ਪੂਰੀ ਜ਼ਿੰਦਗੀ ਵਧੀਕੀਆਂ ਕਰਦੇ ਆ ਆਪਾਂ ਇਹ ਅੱਖਾਂ ਬੰਦ ਕਰਕੇ ਨਾ ਬੈਠੋ ਕਿ ਕੱਲ ਨੂੰ ਇਹਦਾ ਰਿਜ਼ਲਟ ਸਾਨੂੰ ਪਤਾ ਨਹੀਂ ਕਿਵੇਂ ਦਾ ਦੇਖਣਾ ਮਿਲ ਸਕਦਾ ਹੈ ਨਾ ਮੈਂ ਹੈਰਾਨ ਰਹਿ ਗਈ ਵੀ ਇਕੋ ਬੰਦਾ ਜਿਹੜਾ ਬੈੱਟੀ ਬਣਾ ਕੇ ਲਿਆ ਰਿਹਾ ਛੋਟੀ ਛੋਟੀ ਗੱਲ ਤੇ ਉਹ ਅੱਧੀ ਰਾਤ ਨੂੰ ਕਹਿੰਦੀ ਆ ਵੀ ਕਾਰ ਦੀਆਂ ਚਾਬੀਆਂ ਚੱਕ ਮੈਂ ਸਰ ਨੂੰ ਮਿਲਣ ਜਾਣਾ ਉਹਨੂੰ ਲੈ ਕੇ ਜਾਂਦਾ ਹਨਾ ਤੇ ਫਿਰ ਉਹੀ ਬੰਦਾ ਜਦੋਂ ਉਹਨੂੰ ਲੱਗਦਾ ਵੀ ਹੁਣ ਸਾਰਾ ਕੁਝ ਮੇਰਾ ਅਸਫਲ ਹੋ ਗਿਆ ਜ਼ਿੰਦਗੀ 'ਚ ਫਿਰ ਉਹਨੂੰ ਲੱਗਦਾ ਵੀ ਮੈਂ ਹੁਣ ਇਹਨੂੰ ਇਹਦੀ ਔਕਾਤ ਦਿਖਾਵਾਂ ਫਿਰ ਉਹਨੂੰ ਕੁਰਸੀ ਨਾ ਬੰਨ ਲੈਂਦਾ ਹਨਾ ਉਹਦੇ ਸਾਹਮਣੇ ਉਹ ਆਪਣੀ ਬਾਡੀ ਤੇ ਜਿਵੇਂ ਉਹ ਚਲੋ ਆਪਾਂ ਇੰਨੇ क्रੂਲ ਸੀਨ ਮੈਂ ਮੈਂ ਤਾਂ ਨਹੀਂ ਬੋਲ ਸਕਦੀ ਹਨਾ ਵੀ ਉਹ ਕਿਵੇਂ ਆਪਣੇ ਆਪ ਨੂੰ ਤਕਲੀਫ ਦਿੰਦਾ ਤੇ ਇਥੇ ਸੋਚ ਸਕਦੇ ਆਂ ਆਪਾਂ ਵੀ ਜਦੋਂ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਬਹੁਤ ਲੰਮਾ ਸਮਾਂ ਬੰਦਾ ਬਰਦਾਸ਼ਤ ਕਰ ਲਿਆ ਉਹਨੇ ਸਾਰਾ ਟੱਬਰ ਮਾਰਤਾ ਉਹਨੇ ਘਰ ਵਾਲੀ ਮਾਰਤੀ ਜਿਉਂਨੇ ਆਹ ਚੀਜ਼ ਕਰਤੀ ਮੈਨੂੰ ਲੱਗਦਾ ਕਿ ਉਹਦੇ ਪਿੱਛੇ ਬਿਲਕੁਲ ਸਾਲ ਦੋ ਸਾਲ ਜਾਂ ਬਹੁਤ ਸਾਲਾਂ ਦੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਹਨਾ ਇਹ ਇਹ ਸਾਈਕੋਲੋਜੀ ਵੀ ਸਾਨੂੰ ਸਮਝ ਆਉਂਦੀ ਆ ਵੀ ਕਿਸੇ ਵੀ ਘਟਨਾ ਦਾ ਨਤੀਜਾ ਖਾਸ ਕਰਕੇ ਜਦੋਂ ਵਿਅਕਤ ਰਿਸ਼ਤੇ 'ਚ ਧੋਖਾ ਹੁੰਦਾ ਉਹਦਾ ਨਤੀਜਾ ਇਹੋ ਜਿਹਾ ਵੀ ਹੋ ਸਕਦਾ ਤੇ ਉਹ ਤਾਂ ਚਲੋ ਬਹੁਤ ਛੋਟਾ ਉਹਨੇ ਕਿਹਾ ਵੀ ਮੈਂ ਡਾਕਟਰ ਸੀਗਾ ਮੈਂ ਸਿਆਣਾ ਸੀ ਮੈਨੂੰ ਪਤਾ ਸੀ ਸਰੀਰ ਤੇ ਕੱਟ ਵੀ ਕਿੰਨੇ ਕੁ ਦੇਣੇ ਨੇ ਹਨਾ ਪਰ ਇੱਕ ਤਰ੍ਹਾਂ ਨਾਲ ਤੁਸੀਂ ਡਰਦੇ ਤਾਂ ਹੈਗੇ ਹੋ ਨਾ ਕਿ ਆਮ ਜ਼ਿੰਦਗੀ ਚ ਰਿਜ਼ਲਟ ਇਸ ਤੋਂ ਵੱਖਰੇ ਵੀ ਹੋ ਸਕਦੇ ਨੇ ਰਵਿੰਦਰੇ ਨਾ ਜਿਹੜੇ ਹਾਂ ਆਪਾਂ ਘਟਨਾਵਾਂ ਦੇਖਦੇ ਹੁੰਨੇ ਹੁਣ ਆਪਣੇ ਆਉਂਦੀਆਂ ਆਪਾਂ ਦੇਖਦੇ ਆ ਵੀ ਕਿਸੇ ਨੇ ਸਾਰਾ ਪਰਿਵਾਰ ਮਾਰਤਾ ਨਾ ਕਿਸੇ ਨੇ ਬਲਾਬ ਦੇ ਬੱਚੇ ਤੇ ਘਰ ਵਾਲੀ ਮਾਰ ਕੇ ਆਪਦੀ ਗੋਲੀ ਮਾਰ ਲਈ ਉਹ ਸਾਰੀਆਂ ਨਾ ਇਹੋ ਜਿਹੀ ਘਟਨਾਵਾਂ ਹੀ ਹੁੰਦੀਆਂ ਨੇ ਆਪਾਂ ਆਪਾਂ ਜੀ ਦੇਖ ਆਪਾਂ ਜੀ ਇਸ ਕਹਾਣੀ ਨੂੰ ਹੋਣ ਦੇ ਸਮੇਂ ਚ ਦੇਖੀਏ ਵਰਤਮਾਨ ਦੇ ਜਿਹੜਾ ਚੱਲ ਜਾਂਦਾ ਹਨਾ ਵੀ ਆਪਾਂ ਇਹ ਵੀ ਦੋਹਾਂ ਜੀਆਂ ਦਾ ਝਗੜਾ ਹੀ ਆਸ ਵਿੱਚ ਹੈ ਨਾ ਤਾਂ ਆਪਣੇ ਦੋਹਾਂ ਜੀ ਦੇ ਝਗੜੇ ਹੁੰਦੇ ਆ ਉੱਥੇ ਜਿਵੇਂ ਆਪਣੇ ਪਿੰਡਾਂ ਚ ਚੱਲਦਾ ਪੰਚਾਇਤਾਂ ਆਉਂਦੀਆਂ ਨੇ ਜਾਂ ਜਿਵੇਂ ਵੀ ਹੁੰਦਾ ਨਾ ਉਹ ਆਗੇ ਪੁੱਛਦੇ ਹੁੰਦੇ ਆ ਵੀ ਕਹੀ ਥਾਂ ਤੇ ਵੀਰੇ ਇਨਾਂ ਕੋਲ ਸਾਰਾ ਕੁਝ ਆ ਸੋਨਾ ਘਰ-ਬਾਰ ਵੀ ਹੈਗਾ ਸੋਹਣੀ ਨੌਕਰੀ ਵੀ ਹੈਗੀ ਆ ਵੀ ਮੂੰਹ ਸਿਰਫ ਹੀ ਸੋਨਾ ਹੈਗਾ ਵੀ ਯਾਰ ਤੁਹਾਡਾ ਕਲੇਸ਼ ਕਾਹਦਾ ਆ ਤੇ ਵਿੱਚੋਂ ਇੱਕ ਦੋ ਬੋਲਦੇ ਹੁੰਦੇ ਆ ਕਾਹਦਾ ਕਲੇਸ਼ ਆ ਯਾਰ ਰੋਟੀ ਮਿਲਦੀ ਹੈ ਹਕਾਰ ਦਾ ਕਲੇਸ਼ ਹੈ ਨਾ ਵੀ ਅਸਲ ਚ ਉਹ ਹਕਾਰ ਨਹੀਂ ਹੁੰਦਾ ਗਿਆ ਉਹ ਸਮੱਸਿਆਵਾਂ ਵੀ ਇਹੋ ਜਿਹੀ ਹੁੰਦੀਆਂ ਉਹਨਾਂ ਸਮੱਸਿਆਵਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਾਰਨ ਹੁੰਦਾ ਨਾ ਉਹ ਇੱਕ ਦੋ ਦਿਨਾਂ ਤੇ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਕਿਸੇ ਨੇ ਕਿਸਦੇ ਹੱਥ ਤੇ ਰੋਟੀ ਖੋਲੀ ਤੇ ਲੜ ਪਏ ਉਹਦੇ ਪਿੱਛੇ ਜਿਹੜੇ ਕਾਰਨ ਹੁੰਦੇ ਨੇ ਸਾਈਕੋਲੋਜੀਕਲ ਕਾਰਨ ਹੁੰਦੇ ਨੇ ਕਿਤੇ ਤਾਂ ਉਹ ਵਿਆਹ ਉਹਨਾਂ ਦੀ ਇੱਛਾ ਤੋਂ ਬਿਨਾਂ ਹੋਇਆ ਹੁੰਦਾ ਮਤਲਬ ਮਾਪੇ ਉਹਦੇ ਪ੍ਰੈਸ਼ਰ ਚ ਹੋਇਆ ਹੁੰਦਾ ਨਾ ਕਿਤੇ ਦੱਸਿਆ ਕੁਝ ਹੋਰ ਜਾਂਦਾ ਹੁੰਦਾ ਨਿਕਲਦਾ ਕੁਝ ਹੋਰ ਹੁੰਦਾ ਤੇ ਆਪਣੇ ਵਿਆਹ ਦੀ ਸੰਸਥਾ ਕਿਹੋ ਜੀ ਸੰਸਥਾ ਵਿੱਚ ਜਦੋਂ ਆਪਾਂ ਇਹਦੇ 'ਚ ਵੜ ਗਏ ਨਾ ਇੱਕ ਵਾਰ ਫਿਰ ਆਪਾਂ ਚੋਂ ਨਿਕਲ ਨਹੀਂ ਸਕਦੇ ਆਪਣਾ ਸਮਾਜ ਤਲਾਕ ਨੂੰ ਸਵੀਕਾਰ ਨਹੀਂ ਕਰਦਾ ਗਿਆ ਆਪਣੇ ਜੇ ਅਸੀਂ ਲੋਕਾਂ ਨੂੰ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਪਟਿਆਲੇ ਬੈਠੇ ਸੀ ਕਿ ਜੇ ਕਿਤੇ ਕੋਰਟ ਕਹਿ ਦੇਣਾ ਇਹ ਵੀਰ ਦੋ ਦਿਨ ਤੁਸੀਂ ਵਨ ਸੈਟਡਡ ਬੋਤਲ ਲੈ ਲਓ ਜੀ ਤੋ ਵੀ ਲਈ ਜਾਂਦੇ ਆ ਵੀ ਲੈ ਲਓ ਹੈਨਾ ਤੇ ਫੈਲਾ ਨਹੀਂ ਪੂਰੀਆਂ ਨੇ ਕੋਰਟ ਦੇ ਵਿੱਚ ਇੰਨੇ ਤਲਾਬ ਹੋ ਜਾਣਗੇ ਹੈਨਾ ਵੀ ਆਪਾਂ ਆਪਣਾ ਸਿਸਟਮ ਹੀ ਹੋ ਜਾਵੇ ਆਪਾਂ ਅਲੱਗ ਹੋ ਨਹੀਂ ਸਕਦੇ ਇਕੱਠੇ ਬੈਠੇ ਧੁਖੀ ਜਾਂਦੇ ਆ ਤੇ ਇੰਮੀ ਇਹ ਜਿਹੜਾ ਪਾਤਰਾ ਹਰਿੰਦਰ ਸਿੰਘ ਰਾਏ ਇਹ ਦੋ ਸਾਲ ਦਾ ਜਿਹੜਾ ਲੈਣ ਦਾ ਸਮਾਂ ਉਹ ਆ ਹੀ ਧੁਖਿਆ ਦੋ ਸਾਲ ਹੈਨਾ ਤੇ ਇੱਕ ਇਹ ਵੀ ਗੱਲ ਹੈਗੀ ਆ ਆਪਾਂ ਕਹਿ ਦਿੰਦੇ ਆ ਕਿ ਆਰਥਿਕ ਹਾਲਤ ਤਕੜੀ ਹੋਣੀ ਚਾਹੀਦੀ ਆ ਬੰਦਾ ਫੇਰ ਆਜ਼ਾਦੀ ਨਾਲ ਰਹਿ ਸਕਦਾ ਹੈਨਾ ਵੀ ਆਪਾਂ ਕਹਿੰਦੇ ਆ ਔਰਤਾਂ ਦਾ ਵੀ ਇੱਕ ਵੱਡੀ ਕਮਜ਼ੋਰੀ ਇਹੀ ਹੈ ਵੀ ਔਰਤਾਂ ਕੋਲੇ ਆਪਣੇ ਕੋਈ ਪ੍ਰਾਪਰਟੀ ਨਹੀਂ ਹੁੰਦੀ ਉਹਨਾਂ ਕੋਲੇ ਆਪਣੀ ਆਮਦਨ ਨਹੀਂ ਹੁੰਦੀ ਵੀ ਜੇ ਉਹ ਚਾਹਣ ਤਾਂ ਲੱਗ ਰਹਿ ਨਹੀਂ ਸਕਦੇ ਕਿਉਂਕਿ ਉਹਨਾਂ ਕੋਲੇ ਆਪ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ ਗਿਆ ਪਿੱਕੇ ਕਹਿੰਦੇ ਸੌਰੀ ਜਾਓ ਸੌਰੀ ਕਹਿੰਦੇ ਪਿੱਕੇ ਜਾਓ ਹਨ ਪਰ ਮੈਨੂੰ ਲੱਗਦਾ ਵੀ ਬਹੁਤਿਆਂ ਕੋਲੇ ਪੈਸੇ ਵੀ ਹੁੰਦੇ ਆ ਚੰਗੀਆਂ ਨੌਕਰੀਆਂ ਵੀ ਹੁੰਦੀਆਂ ਫਿਰ ਵੀ ਸਹਿ ਰਹੀਆਂ ਹੁੰਦੀਆਂ ਮੈਂ ਪਰਸਨਲੀ ਕੁਝ ਦੋ ਤਿੰਨ ਔਰਤਾਂ ਨੂੰ ਜਾਣਦਾ ਜਿਹੜੀਆਂ ਚੰਗੀਆਂ ਪੋਸਟਾਂ ਤੇ ਅਫਸਰ ਨੇ ਗਾਈਡਡ ਅਫਸਰ ਨੇ ਹਨ ਪਰ ਉਹ ਸਹੀ ਜਾਂਦੀਆਂ ਨੇ ਉਹ ਵੀ ਛੱਲੇ ਜਾਂਦੀਆਂ ਨੇ ਉਹਨਾਂ ਦਾ ਜੇ ਉਹ ਉਹਨਾਂ ਦੀ ਏੜੇ ਤਬੀਅਤੋਂ ਬਾਗੀ ਹੈਣੀ ਉਹ ਜ਼ਰੂਰਤ ਨਹੀਂ ਕਰ ਸਕਦੀ ਉਹ ਸੋਚਦੀਆਂ ਸਾਡੇ ਮਾਪਿਓ ਕੀ ਕਹਿਣਗੇ ਸਾਨੂੰ ਲੋਕ ਕੀ ਆਖਣਗੇ ਜੇ ਸਾਡੇ ਮਤਲਬ ਆਪਾਂ ਇਹ ਵੀ ਹੈਗਾ ਨਾ ਜਦੋਂ ਬੰਦਾ ਕਿਸੇ ਵੱਡੇ ਉੱਤੇ ਤੇ ਹੋਵੇ ਜਾਂ ਜਦੋਂ ਬੰਦਾ ਸਟਾਰ ਹੋਵੇ ਤਾਂ ਨਹੀਂ ਗੱਲ ਕਹਿਣ ਲੱਗੀ ਸੀ ਕਿ ਵੱਡਿਆਂ ਘਰਾਂ ਦੀਆਂ ਮਜਬੂਰੀਆਂ ਵੀ ਉਸ ਤੋਂ ਵੱਡੀਆਂ ਹੁੰਦੀਆਂ ਨੇ ਨਾ ਕਿਉਂਕਿ ਲੋਕ ਉਹਨਾਂ ਨੂੰ ਨਾ ਇਹ ਨਹੀਂ ਦੇਖਦੇਗੇ ਵੀ ਸਿਰਫ ਫੀਲਿੰਗ ਤਾਂ ਸੇਮ ਆ ਸਾਰਿਆਂ ਦੀ ਇੱਕੋ ਜੀ ਸਾਰਿਆਂ ਦੀ ਵੱਡੇ ਲੋਕਾਂ ਦੀਆਂ ਗੱਲਾਂ ਨੂੰ ਬਹੁਤ ਜਿਦੀ ਉਛਾਲਿਆ ਜਾਂਦਾ ਤੇ ਨਿੱਕਿਆਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਵੀ ਦੱਬੀਆਂ ਜਾਂਦੀਆਂ ਵੱਡੇ ਹੋਣ ਦਾ ਕਿਤੇ ਨਾ ਕਿਤੇ ਇਹ ਕਹਿਦੀ ਵੀ ਆਪਾਂ ਇਹ ਦਿ ਇਹ ਜਿਹੜਾ ਪਾਤਰ ਜਿਹੜੇ ਦੋਵੇਂ ਹੈਗੇ ਦੋਵੇਂ ਪੜੇ ਲਿਖੇ ਹੈ ਪੈਸੇ ਵੀ ਹੈਗੇ ਨੇ ਪਰ ਉਹ ਕਿਤੇ ਨਾ ਕਿਤੇ ਇਸ ਚੀਜ਼ ਕਰਕੇ ਉਹਨਾਂ ਵਿੱਚ ਸੁਭਾਅ ਹੈ ਨਹੀਂ ਗਾ ਦੋ ਸਾਲਾਂ ਬਾਅਦ ਪੜਾਅਸ ਕੱਢਦਾ ਆਉਂਦੀ ਹੈ ਇੱਕ ਚੀਜ਼ ਮੈਨੂੰ ਐ ਵੀ ਲੱਗਦੀ ਆ ਵੀ ਕਿੰਨਾ ਵੱਡਾ ਸਬਕ ਹੈ ਵੀ ਜੋ ਬੰਦਾ ਤੁਹਾਨੂੰ ਨਹੀਂ ਪਸੰਦਦਾ ਹੈ ਨਾ ਜ਼ਿੰਦਗੀ 'ਚ ਤੁਸੀਂ ਕਿਸੇ ਦੇ ਵੀ ਪ੍ਰੈਸ਼ਰ 'ਚ ਉਹਨੂੰ ਨਾ ਚੁਣਾ ਇਹਦੇ ਨਾਲ ਕਿੰਨਾ ਕੋਸ਼ਾ ਜਿਹੜਾ ਜ਼ਿੰਦਗੀਆਂ 'ਚ ਕਿੰਨਾ ਖਰਾਬ ਹੋ ਜਾਂਦਾ ਆਪਾਂ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿੰਨੇ ਲੋਕ ਨੇ ਜਿਹੜੇ ਮਾਂ ਪਿਓ ਦੇ ਪ੍ਰੈਸ਼ਰ ਚ ਆ ਕੇ ਇਹੋ ਜਿਹੇ ਬੰਦੇ ਨੂੰ ਆਪਦੇ ਲਈ ਚੁਣ ਲੈਂਦੇ ਨੇ ਕਿ ਜਿਹਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਮੇਰੀ ਜ਼ਿੰਦਗੀ ਨੇ ਨਿਕਲਣੀ ਹੈ ਨਾ ਫਿਰ ਵੀ ਇਹੋ ਜਿਹੇ ਰਿਸ਼ਤੇ ਚੱਲਦੇ ਰਹਿੰਦੇ ਆ ਜਿੰਨਾ ਚਿਰ ਆਪਾਂ ਕਹਿੰਦੇ ਉਹਨੇ ਬਿੱਟਾ ਕੀ ਰਿੱਜਦੀ ਰਹੇ ਹੈ ਨਾ ਉਹਨਾਂ ਚਿਰ ਤਾ ਉਹ ਚੀਜ਼ ਸਾਰੀ ਸਾਨੂੰ ਬਾਹਰੋਂ ਦੇਖਣ ਨੂੰ ਬਹੁਤ ਚੰਗੀ ਲੱਗਦੀ ਆ ਪਰ ਜਦੋਂ ਉਹਦੇ ਚ ਉਬਾਲ ਆਉਂਦਾ ਫਿਰ ਉਹਦੇ ਨਤੀਜੇ ਐਵੇਂ ਦੇ ਨਿਕਲਦੇ ਨੇ ਤੇ ਸਭ ਤੋਂ ਜਿਹੜੀ ਮੈਨੂੰ ਚੀਜ਼ ਲੱਗੀ ਕਿ ਅਪ ਅਸੀਂ ਮੈਂ ਤੇ ਕਰਦੀ ਬਹੁਤ ਵਾਰ ਗੱਲ ਕਰਦੇ ਹੁੰਨੇ ਆ ਵੀ ਜਿੰਨਿਆਂ ਵੀ ਆਪਾਂ ਕਿਸੇ ਦੀਆਂ ਸਵੈ ਜੀਵਨੀਆਂ ਪੜਦੇ ਆ ਜਿਨ੍ਹਾਂ ਨੇ ਜ਼ਿੰਦਗੀ ਚ ਬਹੁਤ ਕੁਸ਼ੰਡਾ ਆ ਨਾ ਜਦੋਂ ਉਹ ਬੰਦਾ ਆਪਦੇ ਕਿਸੇ ਮਤਲਬ ਐਦਾਂ ਦੇ ਰਿਸ਼ਤੇ ਤੋਂ ਦੁਖੀ ਹੋ ਕੇ ਲਿਖ ਰਿਹਾ ਵੀ ਉਹਨੇ ਮੈਨੂੰ ਸਾਰੀ ਜ਼ਿੰਦਗੀ ਅਨੇ ਤਕਲੀਫ ਦਿੱਤੀ ਤਾਂ ਅਸੀਂ ਗੱਲਾਂ ਕਰਦੇ ਹੁੰਨੇ ਆ ਵੀ ਕਾਸ਼ ਜੀ ਨੇ ਤਕਲੀਫ ਦਿੱਤੀ ਉਹਨੂੰ ਵੀ ਲਿਖਣਾ ਆਉਂਦਾ ਹੁੰਦਾ ਨਾ ਉਹ ਵੀ ਆਪਦੀ ਸਾਈਡ ਲਿਖ ਸਕਦਾ ਵੀ ਮੈਂ ਮੈਂ ਵੀ ਚੱਲਿਆ ਇਹ ਇਕੱਲਾ ਇਹਨੇ ਨਹੀਂ ਚੱਲਿਆ ਤੇ ਇਹਦੇ ਚੋਂ ਕਰੈਕਟਰ ਦਿਖਾਇਆ ਗਿਆ ਕਿ ਜਿਵੇਂ ਉਹਨੇ ਕਿਹਾ ਕਿ ਮੈਂ ਆਇਨ ਕੋਸ਼ ਨਹੀਂ ਆ ਹਨਾ ਵੇ ਇਹਦੇ ਵਿੱਚ ਰੈਫਰੈਂਸ ਦਿੱਤਾ ਹੋਇਆ ਕ੍ਰਿਸ਼ਨ ਜੀ ਤੇ ਰਾਧਾ ਦਾ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਸੀ ਉਹਦੇ 'ਚ ਇੱਕ ਹੋਰ ਬੰਦਾ ਵੀ ਸੀ ਰਾਧਾ ਜੀਦਾ ਜਿਹੜਾ ਘਰ ਵਾਲਾ ਸੀ ਹਨਾ ਬੋਤ ਨੂੰ ਨਹੀਂ ਪਤਾ ਹੋਣਾ ਵੀ ਆਇਨ ਕੋਸ਼ ਕੌਣ ਹੈ ਨਾ ਉਹ ਸ਼ਾਇਦ ਆਪਾਂ ਜਨੂੰ ਦੱਸ ਦਿਆਂਗੇ ਅਖੀਰ ਤੇ ਇੱਕ ਰਪਿੰਦਰ ਜੀ ਵੀ ਤੁਸੀਂ ਕਹੀਏ ਵੀ ਦੂਜੀ ਧਿਰ ਵਾਲੇ ਧਿਰ ਦਾ ਬੰਦਾ ਵੀ ਹੋਣਾ ਚਾਹੀਦਾ ਨਾ ਮੈਨੂੰ ਲੱਗਦਾ ਬਹੁਤ ਵਾਰੀ ਨਾ ਆਪਾਂ ਗਲਤ ਨਹੀਂ ਹੁੰਦੇਗੇ ਆਪਾਂ ਅਲੱਗ-ਅਲੱਗ ਹੁੰਨੇ ਆ ਹਾਂ ਬਿਲਕੁਲ ਇਹ ਵੀ ਗੱਲ ਆ ਆਪਾਂ ਇਹ ਨਹੀਂ ਕਹਿੰਦੇ ਕਿ ਸਾਨੂੰ ਵੀ ਉਹ ਗਲਤ ਦਾ ਬੰਦਾ ਉਹਦੀ ਸੋਚਣ ਦਾ ਦੈਰਾ ਉਹਦਾ ਲੱਗ ਉਹ ਆਪਣੀ ਆਪਣਾ ਉਹਦਾ ਆਪਣਾ ਜ਼ੋਨ ਆ ਇੱਕ ਦੂਜੇ ਦਾ ਆਪਣਾ ਜ਼ੋਨ ਉਹ ਗਲਤ ਨਹੀਂ ਹੁੰਦੇਗੇ ਪਰ ਉਹ ਇਹ ਕਹਿ ਸਕਦੇ ਵੀ ਉਹ ਦੋਨੇ ਅਲੱਗ-ਅਲੱਗ ਸੀ ਜਿਵੇਂ ਆਪਾਂ ਕਹਿੰਦੀ ਹੁੰਦੇ ਆ ਨਾ ਉਹ ਕ ਲਗੀ ਜਾਂਦਾ ਹੁੰਦਾ ਵੀ ਦੂਜਾ ਬੰਦਾ ਮੇਰੇ ਤੇ ਚਪਲ ਤੇ ਕਰੀ ਲੁੱਕਦੀ ਜਾਂਦਾ ਇਹ ਚੀਜ਼ਾਂ ਹੁੰਦੀਆਂ ਨੇ ਸਹੀ ਗੱਲ ਤੇ ਮੈਂ ਚਾਹੁੰਦੀ ਆ ਵੀ ਉਹ ਜਿਹੜਾ ਪਾਰਟ ਆਪਾਂ ਨੇ ਨਾ ਸਿਲੈਕਟ ਕੀਤਾ ਸੀਗਾ ਕਿ ਉਹ ਤੁਸੀਂ ਆਪਾਂ ਪੜ ਕੇ ਸੁਨਾਈਏ ਕਿਉਂਕਿ ਮੈਨੂੰ ਮਤਲਬ ਬੜਾ ਸੋਹਣਾ ਲੱਗਿਆ ਬਾਈ ਡਾਇਲੋਗ ਬਹੁਤ ਸੋਹਣੇ ਆ ਜਦੋਂ ਕਹਿੰਦਾ ਹੁੰਦੀ ਵੀ ਅਸੀਂ ਕ੍ਰਿਸ਼ਨਾਂ ਤੇ ਰਾਧਾ ਕ੍ਰਿਸ਼ਨਾਂ ਵਾਲੀ ਗੱਲਬਾਤ ਹੋਉਂਦੀ ਉਹਨਾਂ ਦੀ ਜਿਵੇਂ ਉਹ ਗੁਰਦੀਪ ਨੇ ਵੀ ਜਦੋਂ ਪਹਿਲਾ ਹੀ ਸਵਾਲ ਪੁੱਛਣਾ ਕਿ ਇਹ ਕੌਣ ਸੀਗਾ ਮੈਨੂੰ ਵੀ ਲੱਗਿਆ ਵੀ ਕਿੰਨੇ ਲੋਕਾਂ ਦੇ ਮਨ 'ਚ ਸਵਾਲ ਹੋ ਮੈਨੂੰ ਜਦੋਂ ਮੈਂ ਟਾਈਟਲ ਪੜ੍ਹਿਆ ਮੈਨੂੰ ਐ ਪਤਾ ਲੱਗ ਗਿਆ ਸੀਗਾ ਵੀ ਉਸ ਚੀਜ਼ ਬਾਰੇ ਹੋਣੀ ਆ ਕੋਈ ਇਹਦੇ ਚ ਗੱਲਬਾਤ ਪਰ ਕਹਾਣੀ ਪੜੀ ਤੇ ਆਪਾਂ ਨੂੰ ਹੋਰ ਇਹਦਾ ਪ੍ਰੋਸਪੈਕਟ ਸਮਝ ਆਉਂਦਾ ਹੁਣ ਇਹਦੇ ਜਿਹੜਾ ਆ ਪੈਰਾ ਪੜ੍ਹੀ ਜਾਂਦੇ ਆ ਨਾ ਇਹਦੇ ਚ ਮਨੋ ਉਹ ਜਿਹੜੀ ਉਹ ਕੁੜੀ ਹੁੰਦੀ ਆ ਤੇ ਜਿਹੜਾ ਉਹਦਾ ਸਰ ਹੁੰਦਾ ਉਹਨਾਂ ਦੋਵਾਂ ਦੀ ਗੱਲਬਾਤ ਆ ਤੇ ਤੀਜਾ ਜਿਹੜਾ ਉਹ ਕੁੜੀ ਦਾ ਘਰ ਵਾਲਾ ਹੁੰਦਾ ਜਿਹੜਾ ਮੁੱਖ ਪਾਤਰ ਰਣੇਂਦਰ ਸਿੰਘ ਰਾਏ ਇਹਦੇ ਚ ਜਿਵੇਂ ਆਪਾਂ ਦੇਖਿਆ ਤੇ ਉਹਦੀ ਦੋਵਾਂ ਦੀ ਗੱਲਬਾਤ ਹੁੰਦੀ ਆ ਤਿੰਨ ਨਾ ਸਾਰੇ ਉਹ ਉੱਥੇ ਹੈ ਨਹੀਂ ਗਾ ਪਰ ਗੱਲ ਉਹਦੇ ਬਾਰੇ ਹੋ ਰਹੀ ਆ ਨਾ ਉਹ ਕਹਿ ਰਿਹਾ ਮਨੋ ਆ ਵੀ ਇੱਥੇ ਆਪਾਂ ਥੋੜੀ ਜਿਹੀ ਗੱਲ ਇਹਦੇ ਨਾਲ ਖਰਿੰਦਰ ਸਿੰਘ ਰਾਏ ਮੇਰਾ ਗੁੱਸਾ ਇੱਕਦਮ ਵਧਿਆ ਸਾਲਿਓ ਤੁਸੀਂ ਤੁਸੀਂ ਗਰੇ ਹਲੀ ਵੱਡੇ ਜੱਟ ਹੁੰਨੇ ਹੋ ਤੇ ਅਸੀਂ ਰਾਏ ਦੂਏ ਇਹ ਤਾਂ ਇਹ ਅਲੱਗ ਸੱਚੇ ਕਿੰਨਾ ਕਰਿੰਦਰ ਹੋਰ ਸੀਗਾ ਇਹਦੇ ਵਿੱਚ ਮੈਂ ਕਿਹਟ ਦੀ ਚੀ ਇੱਕ ਨਹੀਂ ਆ ਵੇ ਇੱਥੇ ਹੀ ਸੀਗਾ ਮੈਂ ਕਿਹਾ ਹੋਰ ਸੁਣ ਦੂਏ ਤੀ ਦਾ ਤਾਂ ਪਤਾ ਨਹੀਂ ਪਰ ਮੇਰੇ ਬਾਰੇ ਜੇ ਤੇਰੇ ਮਨ ਚ ਹੋਵੇ ਨਾ ਕਿ ਮੈਂ ਤੇਰੀ ਪ੍ਰਾਪਰਟੀ ਦੀ ਛੇਫ ਚ ਨਹੀਂ ਬੋਲਿਆ ਤਾਂ ਦਿਨੋਂ ਕੱਢ ਦੇ ਮੇਰੇ ਪਿਓ ਹੈਡ ਸਰ ਦਾ ਹੋਊ ਕੋਈ ਲਾਲਚ ਪਰ ਮੇਰਾ ਹੈ ਤੇ ਜਿਹੜੀ ਮੈਂ ਮਾਰਦਾ ਹਾਂ ਤਾਂ ਫਿਰ ਅਕੂ ਘਰ ਵਾਲੀ ਕਹਿੰਦੀ ਤੂੰ ਫਿਰ ਇੰਨੇ ਚ ਚੁੱਪ ਕਿਉਂ ਸੀ ਗਿਆ ਉਹ ਉਹ ਜਿਵੇਂ ਲੇਖਕ ਨੇ ਦੱਸਿਆ ਹਣਾ ਉਹ ਵਿਅੰਗ ਨਾਲ ਇੰਜ ਬੋਲੀ ਜਿਵੇਂ ਕੋਈ ਜਿਵੇਂ ਕੋਈ ਪੁੱਛਾ ਆਪਣਾ ਪੁੱਛ ਲਾਲਾ ਲੂਣ ਮਲੇ ਮਤਲਬ ਆਪਾਂ ਉਹ ਹਰਾਨਦੇ ਨਾਲ ਦੇਖਦੇ ਹੁਣ ਐ ਲੱਗਿਆ ਵੀ ਯਾਰ ਉਹਨੂੰ ਲੱਗਿਆ ਵੀ ਮੈਂ ਤਾਂ ਸੋਚਦੀ ਸੀ ਕਿ ਮੇਰੀ ਪ੍ਰਾਪਰਟੀ ਦਾ ਮਾਰੀ ਚੁੱਪ ਕਰਿਆ ਬੈਠਾ ਵੀ ਇਹ ਤਾਂ ਹੋਰ ਗੱਲ ਹੈ ਵਿੱਚੋਂ ਹਣਾ ਤਾਂ ਫਿਰ ਅੱਗੇ ਉਹ ਬੋਲ ਦੱਸਦਾ ਕਿ ਚੁੱਪ ਸੀ ਪਿਆਰ ਕਰਕੇ ਜਿਹਦੇ ਬਾਰੇ ਤੂੰ ਕੁਝ ਵੀ ਨਹੀਂ ਜਾਣਦੀ ਪਰ ਮੈਂ ਸਿਰਫ ਤੈਨੂੰ ਪਿਆਰ ਕੀਤਾ ਤੇ ਤੇਰੇ ਸਿਰਫ ਤੇ ਸਿਰਫ ਤੇਰੇ ਪਿਆਰ ਲਈ ਮੇਰਾ ਮਨ ਭਰ ਆਇਆ ਪਰ ਉਹ ਤੇ ਸਾਹਮਣੇ ਰੋਣਾ ਨਹੀਂ ਚਾਹੁੰਦਾ ਇਸ ਲਈ ਚੁੱਪ ਕਰ ਗਿਆ ਕਿਦੋਂ ਤੋਂ ਉਹ ਸ਼ੁਰੂ ਹੁੰਦੀ ਹੈ ਵਾਰਤ ਲੱਭ ਜਿਹਦੀ ਆਪਾਂ ਸਰ ਬਾਰੇ ਮੈਂ ਪਹਿਲੇ ਦੱਸ ਚੁੱਕੀ ਆ ਉਹ ਢੈਲੀ ਜੀ ਪਈ ਬੋਲੀ ਹਾਂ ਹਾਂ ਰਾਧਾ ਕ੍ਰਿਸ਼ਨ ਉਹ ਤੁਹਾਡਾ ਬਹਿ ਜੇ ਪੇੜਾ ਕਾਮ ਦੇ ਕੀੜਿਓ ਸਾਲਿਓ ਪਖੰਡਿਓ ਮੈਂ ਮੁਰ ਤੱਤਾ ਹੋ ਗਿਆ ਅੱਗੋਂ ਵੀ ਉੱਚੀ ਬੋਲੀ ਮੈਨੂੰ ਸਫਾਈ ਦੇਣ ਦੀ ਲੋੜ ਨਹੀਂ ਹਾਂ ਹੈਗੇ ਨੇ ਉਹ ਕ੍ਰਿਸ਼ਨ ਮੇਰੇ ਗੁਰੂ ਵੀ ਤੇ ਸਖਾ ਵੀ ਹਾਂ ਹੈਗੀਆਂ ਤੂੰ ਰਾਧਾ ਤਾਂ ਫਿਰ ਮੇਰੇ ਵੀ ਸੁਣ ਉਹ ਸਰ ਤੇਰਾ ਉਹ ਹੋ ਕ੍ਰਿਸ਼ਨ ਤੇਰਾ ਤੇ ਤੂੰ ਹੋਵੇਂਗੀ ਉਹਦੀ ਰਾਧਾ ਪਰ ਮੈਂ ਐਨਕੁਸ਼ ਨਹੀਂ ਹੂੰ ਇੱਥੇ ਆ ਕੇ ਪਤਾ ਲੱਗਦਾ ਕਿ ਐਨਕੁਸ਼ ਕੌਣ ਆ ਹਨਾ ਤੇ ਫਿਰ ਉਹ ਕੁੜੀ ਵੀ ਪੁੱਛਦੀ ਐਨਕੁਸ਼ ਉਹ ਬੜੀ ਹਰਾਨੀ ਨਾਲ ਬੋਲੀ ਇਹ ਐਨਕੁਸ਼ ਕੌਣ ਆ ਤਾਂ ਫਿਰ ਉਹ ਕਹਿੰਦਾ ਕਿ ਇਹੀ ਤਾਂ ਦੁੱਖ ਆ ਰਾਦਾ ਵੀ ਨਹੀਂ ਜਾਣਦੀ ਐਨ ਕੁਛ ਬਾਰੇ ਐਨ ਕੁਛ ਰਾਦਾ ਦਾ ਪਤੀ ਸੀ ਹੈਨਾ ਤੇ ਇੱਕ ਇੱਕ ਦੂਗਾ ਹੋਰ ਸੋਹਣੀ ਗੱਲ ਆਉਂਦੀ ਆ ਉਹ ਕਿਹਾ ਕਿ ਵਿਅੰਗ ਨਾਲ ਬੋਲੀ ਮੈਂ ਕਿਹਾ ਤੋ ਵਿਅੰਗ ਨਾਲ ਬੋਲੀ ਜਦੋਂ ਪਤਨੀ ਦੀ ਕਮਾਈ ਖਾਣੀ ਆ ਉਹਦੇ ਰਹੀਂ ਤਰੱਕੀ ਲੈਣੀ ਆ ਤਾਂ ਐਨਕੁਸ਼ ਬਣਨੇ ਹੀ ਪਊ ਮੈਂ ਵੀ ਬਥੇਰੇ ਨੂੰ ਜਾਣਦੇ ਜਿਹੜੇ ਵਿਚਾਰੇ ਨੇ ਜਾਣ ਬੁੱਝ ਕੇ ਐਨਕੁਸ਼ ਬਣੇ ਹੋਏ ਨੇ ਇਹ ਵੀ ਸਾਡੇ ਸਮਾਜ ਦਾ ਇੱਕ ਦਖਾਂਤ ਆ ਕਿ ਬਹੁਤ ਬੰਦੇ ਸਿਰਫ ਇਸੇ ਕਰਕੇ ਚੁੱਪ ਰਹਿੰਦੇ ਆ ਵੀ ਯਾਰ ਆਪਾਂ ਨੂੰ ਅਪਨਾਉਦਾ ਵੱਡਾ ਹੋ ਜਾਊਗਾ ਆਪਾਂ ਨੂੰ ਕੁਝ ਨਾ ਕੁਝ ਹੋਰ ਮਿਲ ਜਾਊਗਾ ਵੀ ਉਹਨਾਂ ਦੀ ਘਰ ਵਾਲੀ ਕਿਤੇ ਮਰਜੀ ਤੁਰ ਫਿਰੋ ਬੋਲਦੀ ਨਹੀਂ ਨੀਗੀ ਤੇ ਇੱਥੇ ਉਹ ਕੁੜੀ ਕਹਿੰਦੀ ਵੀ ਮੈਂ ਇਹੋ ਜਿਹੇ ਐਨਕੁਸ਼ ਨੂੰ ਵੀ ਜਾਣਦੀ ਆ ਨਾ ਤਾਂ ਉਸ ਤੋਂ ਅੱਗੇ ਐਨੇ ਬੋਲ ਗਿਆ ਆਪਾਂ ਨਾ ਤੇ ਉਹ ਕਹਿੰਦਾ ਵੀ ਮੈਂ ਐਨਕੁਸ਼ ਨਹੀਂ ਆ ਵੀ ਇੱਕ ਤਰ੍ਹਾਂ ਨਾ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਆ ਕਦੋਂ ਤੇ ਰਾਧਾ ਕ੍ਰਿਸ਼ਨ ਦੇ ਐਨਕੁਸ਼ ਆ ਗਿਆ ਨਾ ਇਹੀ ਸੋ ਆਪਣਾ ਇਸ ਕਹਾਣੀ ਦਾ ਮੈਨੂੰ ਲੱਗਦਾ ਤੇ ਦੂਜੀ ਕਹਾਣੀ ਵੀ ਇਹਦੀ ਬਹੁਤ ਸੋਹਣੀ ਆ ਜਿਵੇਂ ਜਿਹੜੀ ਆਪਾਂ ਪੜ੍ਹੀ ਤੇ ਉਹ ਵੀ ਕਿੰਨਾ ਕੁਝ ਮਤਲਬ ਦੱਸਦੀ ਆ ਕਿ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸਮਝਦੇ ਆ ਕਿ ਜੇ ਮੇਰੇ ਚਾ ਭੈੜੀ ਆਦਤਾਂ ਜਾਂ ਮੈਨੂੰ ਆ ਕੋਈ ਦੁੱਖ ਰੋਗ ਆ ਜਿਵੇਂ ਅੱਜ ਕੱਲ ਆਪਾਂ ਜਦੋਂ ਵੀ ਡਾਕਟਰ ਕੋਲ ਜਾਂਦੇ ਆ ਕੋਈ ਆਪਾਂ ਕਹਿੰਦੇ ਕਿ ਮੈਨੂੰ 슈ਗਰ ਹੈ ਮੇਰਾ ਬੀਪੀ ਵੱਧਾ ਉਹ ਪੁੱਛੂਗਾ ਤੁਹਾਡੇ ਬਜ਼ੁਰਗਾਂ 'ਚ ਤਾਂ ਨਹੀਂ ਕਿਸੇ ਨੂੰ ਹੈਗਾ ਹਨਾ ਦੂਜੀ ਕਹਾਣੀ ਦੀ ਨਬਜ਼ ਵੀ ਇਹੀ ਆ ਜਿਵੇਂ ਕਾਣੀ ਦਾ ਨਾਂ ਹੈ ਮਨ ਦੀ ਬਾਬਾਦਾਰਾ ਮਤਲਬ ਇਹ ਕਿਸੇ ਨੂੰ ਗਾਲ ਕੱਢੀ ਗਈ ਹੈ ਤੇ ਉਸ ਤੋਂ ਬਾਅਦ ਕਿਸੇ ਇੱਕ ਕਰੈਕਟਰ ਬਾਰੇ ਇੱਕ ਕਹਾਣੀ ਲਿਖੀ ਹੋਈ ਆ ਤੇ ਇਸ ਕਹਾਣੀ ਚ ਇੱਕ ਮੁੰਡਾ ਹੈ ਜਿਹੜਾ ਡਾਕਟਰ ਕੋਲੇ ਜਾਂਦਾ ਉਹਨੂੰ ਲੱਗਦਾ ਕਿ ਉਹਨੂੰ ਮਾਨਸਿਕ ਸਮੱਸਿਆ ਕੋਈ ਜ਼ਿਆਦਾਤਰ ਉਹਦੇ ਪਰਿਵਾਰ ਨੂੰ ਇਹ ਚੀਜ਼ ਲੱਗਦੀ ਹੈ ਕਿ ਇਹਨੂੰ ਮਤਲਬ ਕੋਈ ਪਿਛਲੀਆਂ ਚੀਜ਼ਾਂ ਨੇ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਨੇ ਸਾਡੇ ਪਰਿਵਾਰਾਂ ਚ ਕਹਿੰਦੇ ਨੇ ਇਹਨੇ ਵੀ ਕਸਰ ਹੋਗੀ ਕਿਉਂਕਿ ਪ੍ਰੋਬਲਮ ਉਹਦੀ ਇਹ ਸੀ ਕਿ ਉਹ ਜਿਹੜੀ ਵੀ ਚੀਜ਼ ਕਿਤੇ ਦੇਖਦਾ ਸੀ ਟੈਲੀਵਿਜ਼ਨ ਤੇ ਮੰਨ ਲਓ ਕਿ ਉਹ ਕੋਈ ਸਬਜੀ ਬਣਦੀ ਦੇਖਦਾ ਸੀ ਉਹਨੂੰ ਉਹਦੀ 스멜 ਆਉਣੀ ਸ਼ੁਰੂ ਹੋ ਜਾਂਦੀ ਸੀ ਤੇ ਉਹਨੂੰ ਜਦੋਂ ਡਾਕਟਰ ਨਾਲ ਜਾ ਕੇ ਇਹ ਗੱਲਬਾਤ ਉਹ ਕਰਦਾ ਤਾਂ ਡਾਕਟਰ ਉਹਨੂੰ ਕਹਿੰਦਾ ਕਿ ਤੂੰ ਜ਼ਿੰਦਗੀ ਚ ਤੇਰੀਆਂ ਬਹੁਤ ਸਾਰੀਆਂ ਇੱਛਾਵਾਂ ਨੇ ਜਿਹੜੀਆਂ ਉਹਧੂਰੀਆਂ ਰਹਿ ਗਈਆਂ ਤੂੰ ਬਹੁਤ ਕੁਝ ਭੋਗਣਾ ਚਾਹੁੰਦਾ ਸੀ ਪਰ ਤੈਨੂੰ ਉਸ ਚੀਜ਼ ਦਾ ਸੁੱਖ ਨਹੀਂ ਮਿਲਿਆ ਇਸ ਲਈ ਤੈਨੂੰ ਇਹ ਬਿਮਾਰੀ ਹੋ ਗਈ ਤੇ ਜਦੋਂ ਆਪਾਂ ਇਸ ਕਹਾਣੀ ਨੂੰ ਪੂਰੀ ਨੂੰ ਪੜਦੇ ਹਾਂ ਕਿ ਉਸ ਮੁੰਡੇ ਦੇ ਜਿਹੜੀ ਬੈਕਗ੍ਰਾਉਂਡ ਚ ਕੀ ਕੀ ਚੀਜ਼ਾਂ ਵਾਪਰੀਆਂ ਹੁੰਦੀਆਂ ਨੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਸਮਝ ਆਉਂਦੀ ਆ ਕਿ ਤੁਹਾਡੇ ਬਜ਼ੁਰਗਾਂ ਨਾਲ ਜਾਂ ਤੁਹਾਡੇ ਪਿਛਲੀਆਂ ਚੀਜ਼ਾਂ ਚ ਜੋ ਕੁਝ ਵਾਪਰਿਆ ਹੁੰਦਾ ਤੁਹਾਡੀਆਂ ਮਾਨਸਿਕ ਬਿਮਾਰੀਆਂ ਨੇ ਜਿਹੜੀਆਂ ਅਸਲ ਚ ਉਹ ਵਜਾ ਹੁੰਦੀਆਂ ਨੇ ਤੇ ਸਾਡੇ ਪਿੰਡਾਂ ਚ ਜਾਂ ਪਾਮਕਰਾਂ ਚ ਕਹਿ ਦਿੰਦੇ ਆ ਕਿ ਇਹਨੂੰ ਫਲਾਣੇ ਦੀ ਕਸਰ ਹੋ ਗਈ ਤੇ ਇਹ ਕਹਾਣੀ ਮੈਨੂੰ ਮਤੇ ਜਿਆਦਾ ਸਮਝ ਨਹੀਂ ਸੀ ਆਈ ਪਰ ਮੈਨੂੰ ਕਹਾਣੀ ਸੋਹਣੀ ਬਹੁਤ ਲੱਗੀ ਕਿਉਂਕਿ ਕਹਾਣੀ 'ਚ ਥੋੜੀ ਦਿਲਚਸਪੀ ਪੈਦਾ ਹੁੰਦੀ ਹੈ ਹਨਾ ਕਹਾਣੀ ਦੇ ਆ ਘਟਨਾਵਾਂ ਇੰਨੇ ਆ ਸ਼ਾਨਦਾਰ ਸੀਗੀਆਂ ਕਿ ਕਿੰਨੇ ਕਰੈਕਟਰ ਸੀਗੇ ਕਹਾਣੀ 'ਚ ਜਿਨ੍ਹਾਂ ਨਾਲ ਸਭ ਨਾਲ ਅਲੱਗ-ਅਲੱਗ ਚੀਜ਼ਾਂ ਵਾਪਰੀਆਂ ਹੋਈਆਂ ਸੀਗੀਆਂ ਤੇ ਕਹਾਣੀ ਦਾ ਸਭ ਤੋਂ ਸੋਹਣਾ ਕਰੈਕਟਰ ਲੱਗਿਆ ਮੈਨੂੰ ਉਹ ਜਿਹੜੀ ਮੰਦਰ 'ਚ ਬੈਠੀ ਮਾਤਾ ਹੁੰਦੀ ਹੈ ਹਨਾ ਤੇ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਮੈਨੂੰ ਵੀ ਸੋਹਣੀ ਲੱਗੀ ਕਹਾਣੀ ਇਹ ਕਿਉਂਕਿ ਵੱਖਰਾ ਜਿਹਾ ਵਿਸ਼ਾ ਹੈ ਕਿ ਹਨਾ ਮਨੋਰੋਗਾਂ ਤੇ ਲਿਖੀ ਹੋਈ ਕਹਾਣੀ ਹੈ ਇਹ ਤੇ ਦੂਜੀ ਜਿਹੜੀ ਉਹ ਮਾਤ라 ਜਿਹੜੀ ਤੁਸੀਂ ਗੱਲ ਕੀਤੀ ਉਹਦੇ ਚ ਲੋਕ ਕੁਝ ਕਹਿੰਦੇ ਵੀ ਪ੍ਰਗਟ ਹੋਈ ਸੀ ਜੀ ਰੋਸ਼ਨੀ ਹੋਈ ਸੀ ਕੁਝ ਕਹਿੰਦੇ ਵੀ ਕਿਤੋਂ ਆ ਕੇ ਬੈਠੀ ਸੀ ਕਿ ਨਾ ਕੁਝ ਵੀ ਕਈ ਚੀਜ਼ਾਂ ਮਨ ਲੋ ਉਹ ਹੁੰਦੀਆਂ ਸਮਾਂ ਬਹਿ ਕੇ ਬਦਲ ਜਾਂਦੀਆਂ ਨੇ ਸੀ ਤਾਂ ਉਹ ਮਾਤਾ ਉਹਨੂੰ ਜਿਹੜਾ ਦੂਜਾ ਪਾਤਰ ਉਹ ਲੈ ਕੇ ਆਇਆ ਸੀਗਾ ਉਹਨੂੰ ਉਹ ਤੋਂ ਕੱਢ ਕੇ ਲੈ ਕੇ ਆਇਆ ਸੀ ਹਨ ਭਜਾ ਕੇ ਲੈ ਕੇ ਆਇਆ ਸੀ ਛਤ ਪਤਨੀ ਮੁੱਲ ਖਰੀਦ ਕੇ ਲੈ ਆਇਆ ਸੀਗਾ ਤੇ ਉਹ ਜਦੋਂ ਪਤਾ ਲੱਗਿਆ ਉਹ ਦੋਵੇਂ ਦੋਸਤ ਸੀ ਜਿਹੜੇ ਰਲ ਕੇ ਕੰਮ ਕਰਦੇ ਹੁੰਦੇ ਸੀ ਨਾ ਤੇ ਉਹ ਲੜ ਪਿਆ ਉਸ ਵੰਡਣ ਦੇ ਪਿੱਛੇ ਤੋਂ ਉਹਨੇ ਰੱਖ ਲਈ ਜੰਗੀਰ ਸਿੰਘ ਸੀ ਨੋ ਤਾਂ ਨਾਮ ਹਾਂ ਤਾਂ ਉਸ ਤੋਂ ਬਾਅਦ ਰਾਤ ਨੂੰ ਕਿਸੇ ਦਿਨ ਉੱਥੇ ਉਹ ਮੰਦਰ ਤੇ ਛੱਡਿਆ ਆ ਉਸ ਬੁੜੀ ਨੂੰ ਤੇ ਲੋਕਾਂ ਨੇ ਕਹਿਤਾ ਵੀ ਇਹ ਪ੍ਰਗਟ ਹੋਈ ਇੱਥੇ ਤੇ ਹੌਲੀ ਹੌਲੀ ਜਿਵੇਂ ਆਪਣੇ ਮੇਲੇ ਲੱਗਣ ਲੱਗ ਪੈਂਦੇ ਹਨ ਵੀ ਉਹੀ ਚੀਜ਼ ਬਣ ਗਈ ਲੋਕਾਂ ਨੂੰ ਮਾਤਾ ਕਰਕੇ ਪੂਜਣ ਲੱਗ ਪਏ ਤੇ ਵਿੱਚ ਦੀ ਥੋੜੀ ਥੋੜੀ ਗੱਲ ਇਹ ਵੀ ਆਉਂਦੀ ਹੈ ਉਹ ਕਹਿੰਦੇ ਯਾਰ ਵੀ ਇਹ ਕਿਤੋਂ ਆਈ ਸੀਗੀ ਕਿ ਜਿੰਨਾ ਲੋਕਾਂ ਨੂੰ ਪਤਾ ਹੁੰਦਾ ਉਹ ਆਪ ਦਾ ਕੋਈ ਵੀ ਗੱਲ ਹੁੰਦੀ ਆ ਰਪਿੰਦਰ ਕੋਈ ਵਿਚਾਰ ਹੁੰਦਾ ਉਹ ਨਾ ਕਈ ਵਾਰੀ ਹੌਲੀ ਹੌਲੀ ਧੁੰਦਲਾ ਪੈ ਜਾਂਦਾ ਤੇ ਕਈ ਵਾਰੀ ਉਹ ਹੌਲੀ ਹੌਲੀ ਸਕਦੀ ਬਾੜੇ ਕਹਦੀ ਆਪਾਂ ਤਕੜੇ ਰੂਪ ਚ ਸਾਹਮਣੇ ਆ ਜਾਂਦਾ ਹੂੰ ਤੇ ਦੂਜੇ ਨੰਬਰ ਤੇ ਮੈਨੂੰ ਇਹ ਲੱਗਿਆ ਕਿ ਆਪਾਂ ਨਾ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦਾ ਵੀ ਕਿ ਇਹਦੀ ਆਪਣਾ ਆਪਾਂ ਸਿਰਕਮਾਉਣ ਲੱਗ ਪਈ ਹੈ ਨਾ ਤੇ ਆਪਣੇ ਢੰਡ ਮੋੜਨ ਲੱਗ ਪੈਂਦੇ ਆ ਜਾਂ ਕੁਝ ਹੋਰ ਇਹੋ ਜਿਹੀ ਜਿਹੜੀਆਂ ਮਨੋ ਰੋਗ ਬਿਮਾਰੀਆਂ ਮਨਾਂ ਦੀ ਬਿਮਾਰੀਆਂ ਹੁੰਦੀਆਂ ਨੇ ਤਾਂ ਆਪਾਂ ਚੇਲਿਆਂ ਕੋਲ ਜਾਂਦੇ ਜਿਵੇਂ ਇਹਦੇ ਚ ਵੀ ਜਾਂਦੇ ਹਾਂ ਨਾ ਡੇਰੇ ਚ ਜਾਂਦੇ ਹਾਂ ਜਾਂ ਕਿਤੇ ਹੋਰ ਜਾਂਦੇ ਆ ਅਸਲ ਚੋ ਮਨੋ ਰੋਗ ਹੀ ਹ ਅਪਾ ਕੇ ਗੱਲ ਕਰਾਂਗੇ ਮੈਂ ਅਸਲ ਚ ਸੱਚੀ ਮਿੱਥੀ ਜਿਵੇਂ ਜਿਹੜੇ ਕਹਾਣੀ ਦੇ ਪਾਤਰ ਨੇ ਉਹਦੇ ਨਾਲ ਮਿਲਦੇ ਜੁਲਦੇ ਘਟਨਾਵਾਂ ਮੈਂ ਆਪਣੀ ਅੱਖੀ ਦੇਖੀਆਂ ਨੇ ਹਜੇ ਤੱਕ ਨੂੰ ਆਪਾਂ ਆਮ ਹੀ ਆਪਣੇ ਪਿੰਡਾਂ ਚ ਦੇਖਦੇ ਆ ਤਾਂ ਇਹ ਸੋਹਣੀ ਕਹਾਣੀੋਂ ਲਿੱਥੋਂ ਪਤਾ ਲੱਗਦਾ ਕਿ ਜਿਵੇਂ ਵਿੱਚ ਥੋੜਾ ਜਿਹਾ ਲਿਖਿਆ ਵੀ ਉਹਨਾਂ ਨੇ ਵੀ ਇਹ ਜੀਨਸ ਹੁੰਦੇ ਨੇ ਪੀੜੀਦਰ ਪੀੜੀ ਚੱਲਦੇ ਨੇ ਹਨਾ ਤਾਂ ਇਹ ਦੋਵੇਂ ਮੁੰਡਿਆਂ ਨੇੜੇ ਬਿਮਾਰੀਆਂ ਆਈਆਂ ਆਪਣੇ ਪਿਓ ਮਾਂ ਤੋਂ ਆਈਆਂ ਜਾਂ ਨਾਨੇ ਤੋਂ ਕਿਸੇ ਤੋਂ ਆਈਆਂ ਅਗਲੇ ਪੀੜੀ ਚੋਂ ਆਣ ਜਾਣਾ ਮੈਨਾਂ ਦਾ ਥੋੜਾ ਜਿਹਾ ਕਿਉਂਕਿ ਕਹਾਣੀ ਲੰਮੀ ਆ ਆਪਾਂ ਨੂੰ ਥੋੜੀ ਜਿਹੀ ਕਹਾਣੀ ਸੁਣਾਉਣੀ ਚਾਹੀਦੀ ਹੈ ਦੱਸਣੀ ਚਾਹੀਦੀ ਹੈ ਹਨਾ ਕਿ ਤੁਸੀਂ ਹਮਨ ਤੁਹਾਨੂੰ ਤੁਸੀਂ ਸੋਨਾ ਬੋਲ ਲੈਂਦੇ ਹੋ ਤੇ ਤੁਸੀਂ ਬੜੇ ਦੱਸ ਦਿਓ ਇੱਕ ਵਾਰ ਜਿਵੇਂ ਕਹਾਣੀ ਇਹ ਆ ਕਿ ਇੱਕ ਮੁੰਡਾ ਇੱਕ ਡਾਕਟਰ ਕੋਲੇ ਜਾਂਦਾ ਆਪਣੀ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਤੇ ਉੱਥੇ ਉਹਨੂੰ ਇੱਕ ਹੋਰ 15 16 ਸਾਲ ਦਾ ਮੁੰਡਾ ਮਿਲਦਾ ਜਿਹਦਾ ਪਰਿਵਾਰ ਉਹਨੂੰ ਡਾਕਟਰ ਕੋਲੇ ਲੈ ਕੇ ਆ ਤੇ ਉਹ ਮੁੰਡਾ ਜਿਹੜਾ ਇੱਕੋ ਹੀ ਲਫ਼ਜ਼ ਬੋਲਦਾ ਵੀ ਮੈਂ ਤਾਂ ਬੋਲੂਗਾ ਮੈਂ ਤਾਂ ਬੋਲੂਗਾ ਤੇ ਜਿਹੜਾ ਇਹ ਬੰਦਾ ਹੁੰਦਾ ਇਸ ਬੰਦੇ ਦੀ ਮਾਂ ਉਹਨਾਂ ਨੂੰ ਪੁੱਛਦੀ ਆ ਪਰਿਵਾਰ ਵਾਲਿਆਂ ਨੂੰ ਕਿ ਇਹ ਮਤਲਬ ਉਸ ਬੱਚੇ ਨੂੰ ਕੀ ਤਕਲੀਫ ਆ ਤੇ ਉਹ ਬੱਚਾ ਇਦਾਂ ਦਾ ਵਿਹਾਰ ਕਰ ਰਿਹਾ ਹੁੰਦਾ ਵੀ ਉਹ ਸਾਰਿਆਂ ਨੂੰ ਜਿੰਨਿਆਂ ਨੇ ਉਹਨੂੰ ਫੜਿਆ ਹੁੰਦਾ ਉਹਨਾਂ ਨੂੰ ਇੰਨੇ ਜ਼ੋਰ ਨਾਲ ਪਿੱਛੇ ਸੁੱਟਦਾ ਕਿ ਇਹ ਬੰਦਾ ਜਿਹੜਾ ਡਾਕਟਰ ਕੋਲ ਜਾਂਦਾ ਇਹ ਡਰ ਜਾਂਦਾ ਬਹੁਤ ਜ਼ਿਆਦਾ ਤੇ ਇਹਦੇ ਮੂੰਹ ਚੋਂ ਇੱਕ ਲਫ਼ਜ਼ ਨਿਕਲ ਜਾਂਦਾ ਜਿਹੜਾ ਲਫ਼ਜ਼ ਇਹਦੇ ਪਿਓ ਨੇ ਮਰਨ ਵੇਲੇ ਬੋਲਿਆ ਸੀਗਾ ਤੇ ਮਰਨ ਤੋਂ ਪਹਿਲਾਂ ਮਤਲਬ ਇਹਦਾ ਪਿਓ ਕਿਸੇ ਜਨਾਨੀ ਦੀ ਸਮਾਦ ਤੇ ਜਿਹਦੀ ਜਿਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਜਦੋਂ ਜਨਾਨੀ ਨੂੰ ਜਲਾਇਆ ਜਾਂਦਾ ਉਹਦਾ ਸੰਸਕਾਰ ਕੀਤਾ ਜਾਂਦਾ ਤਾਂ ਉਸ ਚਿਖਾ ਤੇ ਜਿਵੇਂ ਆਪਾਂ ਕਹਿੰਦੇ ਹੁਣੇ ਕਿ ਕਿਸੇ ਦਾ ਸਤੀ ਹੋ ਜਾਣਾ ਉਸ ਚਿਖਾ ਤੇ ਹੀ ਉਹ ਛਾਲ ਮਾਰ ਦਿੰਦਾ ਤੇ ਉਸ ਜਨਾਨੀ ਦੇ ਸਿਵੇ ਦੇ ਨਾਲ ਹੀ ਇਹਦਾ ਪਿਓ ਮੁੰਡੇ ਦਾ ਬਲ ਜਾਂਦਾ ਜਦੋਂ ਇਹ ਉਹ ਸ਼ਬਦ ਆਪਦੇ ਮੂੰਹੋਂ ਚਾਰਦਾ ਜਿਹੜਾ ਇਹਦਾ ਪਿਓ ਚਾਰਦਾ ਸੀ ਤਾਂ ਉਹ ਜਿਹੜੀ 16 ਸਾਲ ਦੇ ਬੱਚੇ ਨੂੰ ਲੈ ਕੇ ਜਨਾਨੀ ਆਈ ਹੁੰਦੀ ਆ ਉਹ ਕਹਿੰਦੀ ਆ ਵੀ ਇਹ ਤਾਂ ਜਗੀਰ ਸਿੰਘ ਬੋਲਦਾ ਹੁੰਦਾ ਸੀਗਾ ਜਗੀਰ ਸਿੰਘ ਇਸ ਮੁੰਡੇ ਦਾ ਪਿਓ ਹੁੰਦਾ ਤੇ ਫਿਰ ਉਹ ਸਾਰੀ ਕਹਾਣੀ ਉਹਨੂੰ ਪਤਾ ਲੱਗਦੀ ਆ ਕਿ ਇਹ ਮੁੰਡਾ ਜਿਹੜਾ 16 ਸਾਲ ਦਾ ਇਹਦਾ ਨਾਨਾ ਤੇ ਮੇਰਾ ਪਿਓ ਆਪਸ ਵਿੱਚ ਗੁੜੇ ਮਿੱਤਰ ਸੀਗੇ ਬਹੁਤ ਜ਼ਿਆਦਾ ਉਹਨਾਂ ਦੀ ਬਣਦੀ ਸੀ ਬਹੁਤ ਜ਼ਿਆਦਾ ਮਤਲਬ ਉਹ ਬਦਮਾਸ਼ ਕਿਸਮ ਦੇ ਬੰਦੇ ਸੀਗੇ ਤੇ ਉਹਨਾਂ ਦਾ ਆਪਸ ਵਿੱਚ ਜਿਹੜਾ ਇੱਕ ਦੂਜੇ ਨਾਲ ਵਰਤ ਵਰਤਾ ਕਿ ਜਗੀਰ ਸਿੰਘ ਵਿਆਹਾ ਹੁੰਦਾ ਇੱਕ ਬੱਚਾ ਵੀ ਹੁੰਦਾ ਉਹਦੇ ਉਸ ਤੋਂ ਬਾਅਦ ਉਹਨੂੰ ਰਜਵਾੜਿਆਂ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਤੇ ਉਹਨੂੰ ਉੱਥੋਂ ਕੱਢ ਲਿਆਉਂਦਾ ਤੇ ਜਦੋਂ ਉਸ ਕੁੜੀ ਨੂੰ ਆ ਕੇ ਪਤਾ ਲੱਗਦਾ ਕਿ ਜਗੀਰ ਸਿੰਘ ਵਿਆਹਾ ਹੋਇਆ ਹੈ ਇਹਨੇ ਮੇਰੇ ਨਾਲ ਧੋਖਾ ਕੀਤਾ ਤਾਂ ਉਹ ਉਹਨੂੰ ਕਹਿੰਦੀ ਹੈ ਕਿ ਮੈਂ ਮਤਲਬ ਅੱਜ ਤੋਂ ਬਾਅਦ ਤੇਰਾ ਤੇ ਮੇਰਾ ਕੋਈ ਸੰਬੰਧ ਨਹੀਂ ਹੈਗਾ ਪਰ ਜਗੀਰ ਸਿੰਘ ਉਹਨੂੰ ਇੰਨਾ ਪਸੰਦ ਕਰਦਾ ਹੁੰਦਾ ਉਹਨੂੰ ਕਹਿੰਦਾ ਕਿ ਮੇਰੇ ਪਿੰਡ ਇੱਕ ਮੰਦਿਰ ਬਣਿਆ ਹੋਇਆ ਉੱਥੇ ਮੈਂ ਤੈਨੂੰ ਬਿਠਾ ਦੰਨਾ ਤੇ ਲੋਕਾਂ ਨੂੰ ਲੋਕ ਤੇਰੀ ਪੂਜਾ ਕਰਨਗੇ ਮਾਤਾ ਦੇ ਤੌਰ ਤੇ ਪਰ ਉਹ ਔਰਤ ਮੈਨੂੰ ਇਸ ਲਈ ਚੰਗੀ ਲੱਗੀ ਕਿਉਂਕਿ ਉਹ ਇੰਨੀ ਨਿਸ਼ਟ ਵਾਲੀ ਹੁੰਦੀ ਆ ਉਹਨੂੰ ਕਹਿੰਦੀ ਆ ਕਿ ਤੂੰ ਮੈਨੂੰ ਉੱਥੇ ਬਿਠਾ ਦੇ ਪਰ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੋਊਗਾ ਮੈਂ ਮੇਰੇ ਜਿਹੜੇ ਮੰਦਰ ਦੇ ਦਰਵਾਜ਼ੇ ਨੇ ਉਹ ਤੇਰੇ ਲਈ ਬੰਦ ਹੋਣਗੇ ਤੇ ਉੱਥੇ ਹੀ ਸਾਰੀ ਉਮਰ ਰਹਿੰਦੀ ਆ ਪਰ ਉਹ ਜ਼ਗੀਰ ਉਹਨੂੰ ਇੰਨੀ ਮੁਹੱਬਤ ਕਰਦਾ ਹੁੰਦਾ ਕਿ ਜਦੋਂ ਮਰਦੀ ਆ ਉਹਦੀ ਚਿਖਾ ਦੇ ਉੱਤੇ ਆਪਣੇ ਆਪ ਨੂੰ ਵੀ ਸਾੜ ਲੈਂਦਾ ਤੇ ਫੇਰ ਜਾ ਕੇ ਪਤਾ ਲੱਗਦਾ ਕਿ ਕਹਾਣੀ ਦੀ ਅਸਲ ਬੈਕਗ੍ਰਾਉਂਡ ਕੀ ਆ ਤੇ ਫਿਰ ਜਿਵੇਂ ਉਹ ਜਾਂਦਾ ਦੇਖਣ ਲਈ ਕਿ ਜਿਹੜਾ ਮੁੰਡਾ ਹਨਾ ਤਾਰਾ ਏ ਜਿਹੜਾ 16 ਸਾਲ ਦਾ ਮੁੰਡਾ ਹੁੰਦਾ ਉਹਦੇ ਪਿੰਡ ਜਾਂਦਾ ਉਹਨੂੰ ਦੇਖਣ ਲਈ ਕਿ ਇਹਦੀ ਜਿਹੜੀ ਮਾਨਸਿਕ ਸਮੱਸਿਆ ਦੀ ਵਜ੍ਹਾ ਕੀ ਆ ਹਨਾ ਤੇ ਉੱਥੇ ਜਾ ਕੇ ਉਹਨੂੰ ਉਹਦੀ ਵਜ੍ਹਾ ਪਤਾ ਲੱਗਦੀ ਹੈ ਕਿ ਇਹਦੀ ਮਾਨਸਿਕ ਸਮੱਸਿਆ ਦੀ ਵਜ੍ਹਾ ਕੀ ਆ ਤੇ ਉਹ ਵਜ੍ਹਾ ਇਹ ਹੀ ਹੁੰਦੀ ਹੈ ਕਿ ਉਹਨੇ ਆਪਣੇ ਨਾਨੇ ਤੇ ਮਾਮਿਆਂ ਦੇ ਹੱਥੋਂ ਆਪਣੇ ਇੱਕ ਬਹੁਤ ਦੋਸਤ ਨੂੰ ਜਿਹਦੇ ਨਾਲ ਉਹ 16-17 ਸਾਲ ਰਿਹਾ ਇਕੱਠੇ ਉਹ ਸੌਂਦੇ ਨੇ ਇਕੱਠੇ ਰਹਿੰਦੇ ਨੇ ਹਨਾ ਉਹਨੂੰ ਮਰਦੇ ਹੋਏ ਦੇਖਿਆ ਸੀਗਾ ਉਹ ਇਹ ਚੀਜ਼ ਜੋ ਮੈਨੂੰ ਐ ਲੱਗਿਆ ਵੀ ਅੰਜਿਵੇਂ ਆਪਾਂ ਕਹਿ ਦਿੰਨੇ ਆ ਵੀ ਕੋਈ ਵੀ ਹਾਦਸਾ ਵਾਪਰਿਆ ਇਹਦਾ ਕਿਸੇ ਤੇ ਕੋਈ ਵੀ ਅਸਰ ਹੋਊਗਾ ਪਰ ਕਿਸੇ ਤੇ ਕਿਵੇਂ ਦਾ ਅਸਰ ਹੋ ਸਕਦਾ ਆਪਾਂ ਸੋਚ ਵੀ ਨਹੀਂ ਸਕਦੇ ਹਨ ਤੇ ਸਾਡੇ ਮੁਲਕ ਚ ਅਜੇ ਤੱਕ ਇਹ ਚੀਜ਼ਾਂ ਨਹੀਂ ਆਈਆਂ ਵੀ ਜਦੋਂ ਤੁਸੀਂ ਕਿਸੇ ਹਾਦਸੇ ਚੋਂ ਗੁਜ਼ਰਦੇ ਹੋ ਤਾਂ ਤੁਹਾਨੂੰ ਕਿਸੇ ਡਾਕਟਰ ਕੋਲੇ ਜਾਣਾ ਚਾਹੀਦਾ ਮਤਲਬ ਕਿਸੇ ਦਿਮਾਗ ਦੇ ਡਾਕਟਰ ਨੂੰ ਜਾ ਕੇ ਮਿਲਣਾ ਚਾਹੀਦਾ ਮੈਨੂੰ ਲੱਗਦਾ ਕਿ ਇੰਨਾ ਲੰਮਾ ਸਮਾਂ ਜਿਵੇਂ ਉਹ ਮੁੰਡੇ ਦਾ ਪਿਓ ਚਿਖਾ ਚ ਜਲਿਆ ਤੇ ਉਸ ਮੁੰਡੇ ਤਾਰੇ ਨੇ ਆਪਣੇ ਦੋਸਤ ਨੂੰ ਆਪਣੇ ਮਾਮਿਆਂ ਦੇ ਹੱਥੋਂ ਮਰਦਾ ਦੇਖਿਆ ਮੈਨੂੰ ਲੱਗਦਾ ਕਿ ਇੰਨਾ ਲੰਮਾ ਸਮਾਂ ਉਹਨਾਂ ਨੂੰ ਕਿਸੇ ਡਾਕਟਰ ਨਾਲ ਮਲਾਇਆ ਹੀ ਨਹੀਂ ਗਿਆ ਤੇ ਕਿੰਨੇ ਸਾਲਾਂ ਬਾਅਦ ਜਾ ਕੇ ਉਹਨਾਂ ਦੇ ਅੰਦਰ ਇਹ ਬਿਮਾਰੀ ਪੈਦਾ ਹੁੰਦੀ ਆ ਰੁਪਿੰਦਰ ਆਪਣੇ ਨਾ ਜਿੰਨੀਆਂ ਕਿ ਆਪਣੇ ਸਰੀਰ ਦੀਆਂ ਬਿਮਾਰੀਆਂ ਨੇ ਉਨੀਆਂ ਹੀ ਆਪਣੇ ਮਨ ਦੀਆਂ ਬਿਮਾਰੀਆਂ ਵੀ ਹੈਗੀਆਂ ਨਾ ਫਿਰ ਆਪਣੇ ਸਮਾਜ ਨੂੰ ਆਪੇ ਇਹ ਹੈ ਕਿ ਆਪਾਂ ਨਾ ਮਨ ਦੀ ਬਿਮਾਰੀ ਨੂੰ ਬਿਮਾਰੀ ਵਜੋਂ ਨਹੀਂ ਲੈਂਦੇਗੇ ਜੇ ਜੇ ਡਾਕਟਰ ਕਹਿੰਦੇ ਨੇ ਕਿ ਤੁਹਾਨੂੰ ਕੀ ਮਨ ਦੀ ਬਿਮਾਰੀ ਹੈਗੀ ਤਾਂ ਆਪਾਂ ਉਹਨੂੰ ਪਾਗਲ ਘਰਾ ਦੇ ਦਿੰਨੇ ਆ। ਵੀਰ ਦਿਮਾਗ ਖਿਲ ਗਿਆ। ਸਾਡੇ ਲੋਕ ਕਹਿੰਦੇ ਖੇਖਣ ਕਰਦਾ। ਹਾਂ ਜਾਂ ਖੇਖਣ ਕਰਦਾ ਅਸਲ ਵਿੱਚ ਉਹ ਬਹੁਤ ਬਿਮਾਰੀਆਂ ਇਹੋ ਜਿਹੀਆਂ ਨੇ। ਉਹਨਾਂ ਦਾ ਲਾਜਵੀ ਸਰੀਰ ਦੀਆਂ ਬਿਮਾਰੀਆਂ ਵਾਂਗ ਹੀ ਹੁੰਦਾ। ਪਰ ਇੱਕ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਗਿਆ। ਕਿਉਂਕਿ ਉਹਨਾਂ ਦੇ ਲੱਛਣ ਬਹੁਤ ਅਜੀਬ ਹੁੰਦੇ ਸਾਨੂੰ ਲੱਗਦਾ ਹੁੰਦਾ ਵੀ ਕਿੰਦ ਕਸਰ ਹੋ ਗਈ ਹੈ ਨਾ ਤਾਂ ਕੁਝ ਹੋਰ ਹੋ ਗਿਆ ਹੁਣ ਜਿਹੜੇ ਇਹ ਦੋ ਸ਼ਬਦ ਬੋਲਦੇ ਨੇ ਮੁੰਡੇ ਦੋਨੇ ਤੂਰੇ ਔਖੇ ਸ਼ਬਦ ਨੇ ਆਪਾਂ ਨੂੰ ਕਿਤਾਬ ਖੋਲ ਕੇ ਪੜ੍ਹਨੇ ਪੈਣਗੇ ਉਹ ਦੋਨੇ ਸ਼ਬਦ ਇਹਨਾਂ ਘਟਨਾਵਾਂ ਚੋਂ ਨਿਕਲੇ ਹੋਏ ਨੇ ਉੱਤੇ ਤਿੱਤਰ ਬਾਟਾ ਖਨੀਜਾਂ ਦਾ ਸ਼ਬਦ ਬੋਲਦਾ ਵੱਡਾ ਸਾਰਾ ਤਿੱਤਰ ਲਾਟ ਮਾਤਾ ਉਹ ਵੀ ਉੱਤੋਂ ਘਟਨਾ ਚੋਂ ਨਿਕਲੇ ਹੋਏ ਇੱਕ ਚੋਂ ਜਿਹੜਾ ਦੂਜਾ ਦਾਰੇ ਵਾਲਾ ਸ਼ਬਦ ਦਾ ਦਰਾ ਬੋਲਦਾ ਖੀਰ ਤੇ ਆ ਕਿ ਉਹ ਵੀ ਘਟਨਾ ਚੋਂ ਨਿਕਲੇ ਹੋਏ ਕਿਤੋਂ ਹੁਣ ਜਦੋਂ ਆਪਾਂ ਪੂਰੀ ਕਹਾਣੀ ਪੜ੍ਹਦੇ ਹਾਂ ਹੁਣ ਫੇਰ ਪਤਾ ਲੱਗਦਾ ਵੀ ਹੋਇਆ ਕੀ ਸੀ ਗਿਆ ਤੇ ਇਹੋ ਜਿਹੇ ਕਰੈਕਟਰ ਪਾਤਰ ਆਪਾਂ ਨੂੰ ਆਮ ਵੀ ਮਿਲ ਜਾਂ ਜਾਂ ਜਿਵੇਂ ਅਚਾਨਕ ਹੀ ਆਪਣਾ ਕੋਈ ਬਹੁਤ ਪਿਆਰਾ ਮਰ ਜੇ ਬੰਦਾ ਨਾ ਉਹਦਾ ਕਿ ਹਾਦਸਾ ਕੁਝ ਵੀ ਇੱਕਦਮ ਹਾਦਸਾ ਹੋ ਜੇ ਤਾਂ ਉਹਦਾ ਆਪਣੇ ਸਬਕੌਨਸ਼ੀਅਸ ਤੇ ਕੀ ਅਸਰ ਪੈਂਦਾ ਉੱਥੋਂ ਹੀ ਇਹ ਚੀਜ਼ਾਂ ਨਿਕਲਦੀਆਂ ਨੇ ਨਾ ਤੇ ਪਰ ਆਪਣੇ ਲੋਕਾਂ ਨੂੰ ਪਤਾ ਨਹੀਂ ਮਿਲਦਾ ਇਹ ਕਹਾਣੀ ਇਸੇ ਕਰਕੇ ਖਾਸ ਆ ਵੀ ਪਹਿਲੀ ਗੱਲ ਤਾਂ ਇਹ ਵੀ ਲੇਖਕ ਨੇ ਵਿਸ਼ਾ ਕਿੰਨਾ ਸੋਹਣਾ ਚੁਣਿਆ ਹਨ ਫਿਰ ਉਹਨੂੰ ਪੇਸ਼ ਕਿੰਨਾ ਸੋਹਣਾ ਕੀਤਾ ਕਹਾਣੀ ਨੂੰ ਹਨ ਤੇ ਇਹ ਇਹ ਜਿਹੜੀ ਇਹ ਕਹਾਣੀ ਹੈਗੀ ਇਹਦੇ ਨਾਲ ਦੇ ਪਾਤਰ ਆਪ ਨੂੰ ਆਮ ਹੀ ਮਿਲ ਜਾਂਦੇ ਪਰ ਆਪਾਂ ਉਹਨਾਂ ਨੂੰ ਡੇਰਿਆਂ ਤੇ ਲੈ ਜਾਂਦੇ ਆ ਮਤਲਬ ਜਾਂ ਕਿਤੇ ਹੋਰ ਥਾਂਵਾਂ ਤੇ ਲੈ ਜਾਂਦੇ ਆ ਅਸੀਂ ਨਾ ਇੱਕ ਜਗ੍ਹਾ ਤੇ ਗਏ ਮੈਂ ਪ੍ਰੋਪਰ ਨਾਂ ਨਹੀਂ ਲੈਂਦਾ ਕਿ ਅਸੀਂ ਨਾ ਜਦੋਂ ਅਸੀਂ ਸਾਈਕਲ ਲੈ ਕੇ ਆਏ ਸੀਗੇ ਅਸੀਂ ਨਾ ਉਹਨਾਂ ਤੋਂ ਨਾ ਤਰ ਉਹ ਬਾਬਾ ਜਨ ਹੋ ਗਏ ਤਾਂ ਉੱਪਰੋਂ ਨਾ ਛਰਨਾ ਮਿਲਿਆ ਛਰਨਾ ਬਹੁਤ ਉੱਚਾ ਡੇਗਦਾ ਸੀ ਤੇ ਪਤਾ ਪਾਣੀ ਬਹੁਤ ਜ਼ਿਆਦਾ ਠੰਡਾ ਸੀਗਾ ਤੇ ਅਸੀਂ ਸੀ ਵੀ ਠੰਡੀ ਜੀ ਫਿਰਦੇ ਸੀਗੇ ਤੋਂ ਅਸੀਂ ਥੱਲੇ ਵੜੇ ਨਾ ਛਰਨੇ ਤੇ ਇੱਕ ਵਾਰ ਜਮਾ ਨਾ ਸਾਡੇਆਂ ਜਮ ਤੌਰ ਹੀ ਪਾਟ ਗਈ ਵੀ ਇੱਕਦਮ ਝਟਕਾ ਲੱਗਿਆ ਠੰਡੇ ਪਾਣੀ ਨਾਲ ਤਾਂ ਮੈਂ ਕੁੱਦਦਾ ਸੀ ਮੈਂ ਕੁੱਦ ਨੂੰ ਕਿ ਮੈਂ ਕੁੱਦ ਇੱਥੇ ਪੂਰ ਨਿਕਲ ਸਕਦੇ ਜਦੋਂ ਕੱਢਨੇ ਹੁਣ ਤਾਂ ਬੰਦਿਆਂ ਚੋਂ ਨਿਕਲਦਾ ਕਹੀਦਾ ਮਤੇ ਭੂਤ ਆ ਬੰਦਾ ਜੋ ਪਨ ਅਸਲ ਜਦੋਂ ਠੰਡਾ ਪਾਣੀ ਪੀਕਤੇ ਝਟਕਾ ਵੱਜਿਆ ਨਾ ਤਾਂ ਉਹ ਕਈ ਚੀਜ਼ਾਂ ਆਪਣੇ ਸਰੀਰ ਚ ਬਾਸ਼ ਹੋ ਜਾਂਦੀਆਂ ਨੇ ਆਪਣੇ ਮੈਮਰੀ ਚ ਚਲੀਆਂ ਚਲੀਆਂ ਜਾਂਦੀਆਂ ਨੇ ਨਾ ਤਾਂ ਇਹ ਸਾਰੀਆਂ ਚੀਜ਼ਾਂ ਉਸੇ ਨਾਲ ਹੀ ਜੁੜੀਆਂ ਹੋਈਆਂ ਨੇ ਇਹਦੇ ਨਾਲ ਹੀ ਰਵਿੰਦਰ ਮੈਂ ਤੁਹਾਨੂੰ ਸੱਚੀ ਘਟਨਾ ਦੱਸਦਾ ਕਿ ਮੇਰਾ ਇੱਕ ਦੋਸਤ ਆ ਸਾਈਕੋਲੋਜਿਸਟ ਆ ਉਹ ਤੇ ਉਹਦੇ ਕੋਲ ਨਾ ਕੋਈ ਬੱਚਾ ਆਇਆ 7ਵੀਂ ਕਲਾਸ ਚ ਪੜਦਾ ਉਹਦੀ ਸਮੱਸਿਆ ਇਹ ਸੀਗੀ ਵੀ ਜਦੋਂ ਸਕੂਲ ਜਾਂਦਾ ਸੀ ਨਾ ਉਹ ਤਾਂ ਢਿੱਡ ਦੁਖਣ ਲੱਗ ਪੈਂਦਾ ਸੀ ਜਾਂ ਉਹਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਸੀਗੀਆਂ ਜਦੋਂ ਛੁੱਟੀ ਹੁੰਦੀ ਸੀਗੀ ਉਦੋਂ ਉਹ ਚੰਗਾ ਭਲਾ ਹੁੰਦਾ ਉਜੇ ਨੂੰ ਬਿਮਾਰੀ ਹੋਵੇ ਤਾਂ ਉਹ ਤਾਂ ਹਰ ਵੀ ਸਮਝ ਰਵੇ ਵੀ ਜਦੋਂ ਸਕੂਲ ਜਾਣਾ ਹੁੰਦਾ ਉਹਨੂੰ ਉਹਦੀ ਬਿਮਾਰੀ ਕਿਉਂ ਹੁੰਦੀ ਹੈ ਨਾ ਚਲੋ ਉਹਨਾਂ ਨੇ ਪਹਿਲਾਂ ਡਾਕਟਰੀ ਇਲਾਜ ਕਰਵਾਇਆ ਉਦੋਂ ਬਾਅਦ ਫਿਰ ਉਹ ਚੀਲਿਆਂ ਚੂਲਿਆਂ ਕੋਲੇ ਲੈ ਗਏ ਨਾ ਜਿਵੇਂ ਵੀ ਆਪਾਂ ਕਰਦੇ ਹੁੰਦੇ ਆ ਵੀ ਇਹਨੂੰ ਕੋਈ ਕਸਰ ਹੁੰਦੀ ਆ ਉਹਦੇ ਵਿਰਲੇ ਕੁੱਟ ਵੀ ਪਿਆ ਕਰੇ ਅਖੀਰ ਨੂੰ ਉਹ ਸਾਈਕੋਲੋਜਿਸਟ ਕੋਲ ਲੈ ਆਏ ਹਿਪਨੋਟੈਸਟ ਕੋਲ ਲੈ ਆਏ ਉਹਨੇ ਹਿਪਨੋਟਾਈਜ਼ ਕੀਤਾ ਉਹਨੂੰ ਤਾਂ ਉਹਦੀ ਉਹਦੀ ਸਮੱਸਿਆ ਪਤਾ ਕੀ ਨਿਕਲੀ ਪਹਿਲੀ ਕਲਾਸ ਜਦੋਂ ਉਹ ਤੇ ਉਹਨੂੰ ਟੀਚਰ ਨੇ ਧੁੱਪੇ ਖੜਾ ਕਰਦਾ ਹਾਂ ਤਾਂ ਉਹਨੂੰ ਉਹ ਪੈਰ ਵੀ ਮੱਚੋ ਹੋਣੇ ਚ ਵਗਦੇ ਐ ਕੋਈ ਬੱਚੇ ਖੇਡ ਰਹੇ ਸੀਗੇ ਉਹਦੇ ਸਾਹਮਣੇ ਤੋ ਉਹਨੂੰ ਲੱਗਿਆ ਵੀ ਯਾਰ ਵੀ ਮੈਂ ਤਾਂ ਜਮਾਂ ਨਰਕਾ ਚ ਹੀ ਆ ਗਿਆ ਵੀ ਸਕੂਲ ਤਾਂ ਬਹੁਤ ਮਾੜੀ ਚੀਜ਼ ਆ ਵੀ ਮੇਰੇ ਹਾਨ ਦੇ ਬੱਚੇ ਤਾਂ ਖੇਡ ਹੀ ਜਾਂਦੇ ਨਾਲ ਦੇ ਲੋਕ ਕਿਸੇ ਦੇ ਕੋਠੇ ਦੇ ਬੱਚੇ ਖੇਡ ਰਹੇ ਸੀਗੇ ਵੀ ਮੈਂ ਇੱਥੇ ਧੁੱਪੇ ਫਸਿਆ ਗਣਾ ਉਥੋਂ ਨੂੰ ਸਕੂਲ ਤੋਂ ਨਫ਼ਰਤ ਹੋ ਗਈ ਪਰ ਉਹ ਜਿਹੜੀ ਘਟਨਾ ਉਹਦੇ ਸਬਕੌਂਸ਼ੀਅਸ ਤੇ ਚਲੀ ਗਈ ਹੈ ਨਾ ਉਹ 5-6 ਸਾਲਾਂ ਨੇ ਕੋਈ ਰਿਐਕਟ ਨਹੀਂ ਕੀਤਾ ਘਟਨਾ ਨੇ 5-6 ਸਾਲਾਂ ਬਾਅਦ ਉਹੀ ਘਟਨਾ ਉੱਪਰ ਕੇ ਸਾਹਮਣੇ ਆ ਗਈ ਤੋ ਉਹਨੂੰ ਸਕੂਲ ਤੋਂ ਨਫ਼ਰਤ ਹੋ ਗਈ ਉਹ ਜਦੋਂ ਸਕੂਲ ਦਾ ਨਾਮ ਲਿਆ ਕਰੇ ਤਾਂ ਆਪਾਂ ਨੂੰ ਇਹ ਉਹਨਾਂ ਨੇ ਕਰਾਇਆ ਅਖੀਰ ਨੂੰ ਫਿਰ ਉਹ ਬੰਦੇ ਨੇ ਉਹਦਾ ਕਹਿਦੀ ਆਪਾਂ ਉਹ ਜਿਵੇਂ ਕਰਦੇ ਹੁੰਦੇ ਆ ਜੋ ਵੀ ਉਹਨਾਂ ਦਾ ਇਲਾਜ ਹੁੰਦਾ ਮੈਨੂੰ ਪ੍ਰੋਪਰਲੀ ਹੁੰਦਾ ਤੁਹਾਡੀ ਮੈਮਰੀ ਵਾਸ਼ ਕਰ ਮੈਮਰੀ ਵਾਸ਼ ਕਰ ਦਿੰਦੇ ਆ ਪਰ ਮੈਮਰੀ ਵਾਸ਼ ਨਹੀਂ ਕਰਦੇਗੇ ਆਪਾਂ ਯਾਦ ਤੋਂ ਚੀਜ਼ ਆਪਣੇ ਰਹਿਂਦੀ ਪਰ ਉਹਦੇ ਰੈਕਟ ਕਰਨੋਂ ਫੜ ਜਾਂਦੇ ਆ ਵੀ ਆਪਾਂ ਨੂੰ ਕੋਈ ਚੀਜ਼ ਯਾਦ ਕਰਕੇ ਆਪਾਂ ਨੂੰ ਰੋਣ ਆਉਂਦਾ ਉਹ ਚੀਜ਼ ਆਪਣੇ ਯਾਦਤ ਆਉਗੀ ਪਰ ਆਪਾਂ ਰੋਂਦੇ ਨਹੀਂਗੇ ਤਾਂ ਉਹਦਾ ਇਸ ਤਰੀਕੇ ਨਾਲ ਇਲਾਜ ਹੋਇਆ ਨਾ ਵੀ ਉਹ ਘਟਨਾ 70 ਸਾਲਾਂ ਬਾਅਦ ਆ ਗਈ ਉਹ ਬੰਦੇ ਦੇ ਅੱਗੇ ਆ ਗਈ ਤਾਂ ਇਹੋ ਜਿਹੀ ਘਟਨਾਵਾਂ ਸੀ ਜਿਹੜੇ ਦੋ ਪਾਤਰ ਨੇ ਉਹ ਉਹਨਾਂ ਨਾਲ ਵੀ ਕੁਝ ਇਹੋ ਜਿਹਾ ਵਾਪਰਦੇ ਦੇ ਵਿੱਚ ਕਹਾਣੀ ਦੇ ਵਿੱਚ ਨਾ ਮੇਰਾ ਉਹਨਾਂ ਦੇ ਦੋਨਾਂ ਦੇ ਮੈਂ ਦੋਨੋਂ ਉਹਨਾਂ ਦੋਨੋਂ ਨੇ ਆਪ ਕਹਿਦੀ ਵੇਖਦਾ ਤਾਂ ਕਤਲ ਕੀਤਾ ਹੁੰਦਾ ਤੇ ਇੱਕ ਉਹ ਵੀ ਕਿੱਡੀ ਖਤਰਨਾਕ ਕੰਡੀਸ਼ਨ ਜਦੋਂ ਉਹ ਤਿੱਤਰ ਪੁੰਨਦੇ ਹੁੰਦੇ ਨੇ ਤਾਂ ਉਹ ਕਹਿੰਦਾ ਹੁੰਦਾ ਕਿ ਸਲਫਰ ਸਲਫਰ ਦੀ ਲਾੜ ਦੀ ਪੁੰਨੂ ਆ ਮੈਂ ਅੱਜ ਮੇਰਾ ਜੰਗੀਰ ਸਿੰਘ ਹੀ ਹੁੰਦਾ ਉਹ ਵੀ ਜਿਉਂਦਾ ਹਾਂ ਉਹ ਵੀ ਜਾਂਦਾ ਹਨਾ ਤਾਂ ਜਦੋਂ ਸਲਫਾ ਖਿੱਚੀ ਆ ਤਾਂ ਹੁਣ ਤੁਸੀਂ ਦੇਖੋ ਵੀ ਇੱਕ ਤਿੱਤਰ ਨੂੰ ਭੁੰਨਣਾਸਤੇ ਕਿੰਨਾ ਸਲਫਾ ਪੀਣਾ ਪਿਆ ਹੋਊ ਉਹਨੂੰ ਅਸਲ ਤੇ ਸੀਓ ਸਾਧਵੇਂ ਚ ਜਦੋਂ ਉਹ ਔਰਤ ਕਹਿੰਦੀ ਵੀ ਤੂੰ ਮੇਰੇ ਕੋਲੇ ਨਾ ਹੀ ਹੋਣਾ ਨਾ ਮੰਦਰ ਦੇ ਵਿੱਚ ਤਾਂ ਉਹ ਉਹਦੇ ਉਹਨਾਂ ਦਾ ਮਤਲਬ ਉਹਦੀ ਅਟੈਚਮੈਂਟ ਜ਼ਿਆਦਾ ਹੁੰਦੀ ਹੈ ਤੇ ਉਹ ਕਹਿੰਦਾ ਜੀ ਇੱਕ ਸਾਧਵੇਂ ਚ ਹੁੰਦਾ ਨਾ ਉਹ ਸਲਫਾ ਪੀ ਜਾਂਦਾ ਪੀ ਜਾਂਦਾ ਸਲਫਾ ਉਹ ਤਿੱਤਰ ਵੀ ਪੂਰਾ ਮੱਚਦਾ ਨਹੀਂ ਹੈਗਾ ਮਰਦੇ ਨੇ ਉਹਦੇ ਮੱਥੇ 'ਚ ਵੱਜਦਾ ਬੜਕ ਕੇ ਹਨਾ ਤਾਂ ਇੱਕ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਸ਼ਾਇਦ ਉੱਥੇ ਲੇਖਕ ਇਹ ਕਹਿਣਾ ਚਾਹੁੰਦਾ ਵੀ ਉਹ ਸਲਫੇ ਨਾਲ ਪਾਗਲ ਹੋਇਆ ਕਿਉਂਕਿ ਆਪਾਂ ਆ ਤੁਹਾਨੂੰ ਫਲਫਾ ਦਾ ਨਸ਼ਾ ਇਹ ਹੋ ਜਾਣਾ ਵੀ ਜਦੋਂ ਤੁਹਾਨੂੰ ਥੋੜੇ ਦਿਮਾਗ ਨੂੰ ਜਿਉ ਉਹਨੇ ਇਫੈਕਟ ਕਰਦਾ ਨਾ ਇਹ ਹੋ ਜਾ ਤਾਂ ਉਹ ਸਾਰੀ ਉਮਰ ਵਾਸਤੇ ਤੁਸੀਂ ਰੋਗੀ ਬਣ ਜਾਂਦੇ ਜਿਵੇਂ ਕਈ ਬੰਦੇ ਸੈਕਟੰਬਰ ਕੇ ਪੀਂਦੇ ਆ ਗਾਂਜੀ ਦੀਆਂ ਜਦੋਂ ਤੁਸੀਂ ਕਿਸੇ ਮਨੋਲੋਗੀ ਡਾਕਟਰ ਕੋਲੇ ਜਾਓਗੇ ਤਾਂ ਤੁਹਾਨੂੰ ਪਹਿਲਾਂ ਪੁੱਛੂਗਾ ਉਹ ਵੀ ਤੁਸੀਂ ਜ਼ਿੰਦਗੀ ਜੀ ਕੇ ਤੇ ਗਾਜਾ ਪੀਤਾ ਜਿਵੇਂ ਫਲਫਾ ਪੀਤਾ ਤੁਸੀਂ ਕਿਉਂਕਿ ਉਹਦਾ ਅਟੈਕ ਬਹੁਤ ਤਕੜਾ ਹੁੰਦਾ ਦਿਮਾਗ ਤੇ ਤਾਂ ਜਦੋਂ ਜਿਵੇਂ ਉੱਥੇ ਜਿਹੜੇ ਕਹਾਣੀਕਾਰ ਨੇ ਕਿਹਾ ਵੀ ਉਹ ਬੰਦਾ ਇਹ ਕਹਿ ਰਿਹਾ ਮੈਂ 77 ਭੁੰਨਾ ਕਿ ਤੇ ਫਲਫਾ ਪੀ ਰਿਹਾ ਹਨਾ ਉਦੋਂ ਕਿੰਨਾ ਸਲਫਾ ਸਲਫਾ ਪੀ ਕੇ ਹੋ ਸਕਦਾ ਉਹਦਾ ਜਿਹੜਾ ਉਹ ਪਾਗਲਪਨ ਉਹ ਸਲਫੇ ਚੋਂ ਨਿਕਲਿਆ ਹੋਵੇ ਸਲਫੇ ਕਰਕੇ ਉਹਦੇ ਅਟੈਕ ਹੋਇਆ ਹੋਵੇ ਕਿਉਂਕਿ ਇਹ ਦਿਮਾਗ ਤੇ ਮੈਨੂੰ ਇਹ ਵੀ ਲੱਗਦਾ ਜਿਵੇਂ ਇੱਕ ਤਰ੍ਹਾਂ ਕਿ ਜੇ ਆਪਾਂ ਸੈਂਟੀਫਿਕ ਦੇਖੀ ਤਾਂ ਇੱਕ ਕਾਰਨ ਇਹ ਵੀ ਬਣਦਾ ਬਿਲਕੁਲ ਪਰ ਦੂਜੀ ਚੀਜ਼ ਮੈਨੂੰ ਤਾਂ ਇਹ ਹੀ ਲੱਗਦੀ ਹੈ ਕਿ ਆਪਾਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਸ਼ਾਇਦ ਨਹੀਂ ਗੋਲਦੇ ਪਰ ਜਿਹੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਉਸ ਤੋਂ ਬਾਅਦ ਤਾਂ ਤੁਹਾਨੂੰ ਜ਼ਰੂਰ ਕੀ ਮਹਿਸੂਸ ਹੋ ਰਿਹਾ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੁਹਾਨੂੰ ਜਾਣਨਾ ਚਾਹੀਦਾ ਹੁਣ ਇਹ ਬੰਦਾ ਜਿਵੇਂ ਅਖੀਰ ਤੇ ਇਹ ਆਪਦਾ ਅਖੀਰ ਅਕਰਮ ਸਿੰਘ ਦੇ ਪਰਿਵਾਰ 'ਚ ਜਾ ਕੇ ਉਸ ਮੁੰਡੇ ਤਾਰੇ ਨੂੰ ਮਿਲ ਕੇ ਆਇਆ ਕਿ ਇਹਦੀ ਬਿਮਾਰੀ ਦੀ ਵਜ੍ਹਾ ਕੀ ਆ ਹਨਾ ਤੇ ਮੈਨੂੰ ਪਤਾ ਲੱਗਦਾ ਵੀ ਇਹਦੇ ਦੋਸਤ ਨੂੰ ਇਹਦੇ ਮਾਮਿਆਂ ਨੇ ਤੇ ਇਹਦੇ ਨਾਨੇ ਨੇ ਹਨਾ ਇਹਦੀ ਅੱਖਾਂ ਸਾਹਮਣੇ ਮਾਰਤਾ ਤੇ ਉਹ ਬੱਚਾ ਉਸ ਉਸ ਵਕਤ ਉਸ ਚੀਜ਼ ਤੇ ਸ਼ਾਇਦ ਨਹੀਂ ਕੋਈ ਗੱਲ ਕਰ ਸਕਿਆ ਪਰ ਬਾਅਦ 'ਚ ਆ ਕੇ ਉਹਦਾ ਕਿਵੇਂ ਦਾ ਰਿਐਕਸ਼ਨ ਨਿਕਲਿਆ ਤੇ ਇਹ ਚੀਜ਼ਾਂ ਆਪਾਂ ਨੂੰ ਦੱਸ ਦੀਆਂ ਨੇ ਕਿ ਤੁਸੀਂ ਇਹ ਨਾ ਸੋਚੋ ਕਿ ਅੱਜ ਦਾ ਹਾਦਸਾ ਜਿਹੜਾ ਉਹ ਤੁਹਾਡੇ ਤੇ ਹੁਣੇ ਹੀ ਅਸਰ ਕਰ ਗਿਆ ਜਾਂ ਤੁਸੀਂ ਦਸ ਦਿਨ ਰੋਂਦੇ ਰਹੋਗੇ ਜਾਂ ਤੁਸੀਂ 20 ਦਿਨ ਉਸ ਵਕਤ ਰੋ ਵੀ ਲਏ ਤੇ ਉਸ ਤੋਂ ਬਾਅਦ ਪੂਰੀ ਜ਼ਿੰਦਗੀ ਤੁਹਾਨੂੰ ਇਹ ਚੀਜ਼ ਨਹੀਂ ਯਾਦ ਆਉ। ਅੱਜ ਵੀ ਆਪਣੇ ਪਰਿਵਾਰਾਂ ਚ ਆਪਾਂ ਦੇਖਦੇ ਹਾਂ ਕਿ ਹੋਈਆਂ ਮੌਤਾਂ ਨੂੰ ਕਿਸੇ ਦੇ ਘਰੇ ਜਦੋਂ ਮੌਤ ਹੁੰਦੀ ਹੈ ਸਾਡੇ ਟੱਬਰ ਦੇ ਲੋਕ ਆਪਣੇ ਘਰ ਚ ਹੋਈਆਂ ਚੀਜ਼ਾਂ ਨੂੰ ਯਾਦ ਕਰਕੇ ਉੱਥੇ ਰੋਂਦੇ ਆ। ਇਹਦਾ ਮਤਲਬ ਉਹ ਸਾਡੇ ਦਿਮਾਗ ਚ ਕਿਤੇ ਨਾ ਕਿਤੇ ਉਦਾਂ ਹੀ ਪਈਆਂ ਨੇ ਹਨਾ ਤੇ ਅਸੀਂ ਆਪਣੀਆਂ ਚੀਜ਼ਾਂ ਜੋੜਦੇ ਆ ਉਹਨਾਂ ਨਾਲ ਜਾ ਕੇ ਜਦੋਂ ਕਿਸੇ ਦੀ ਤਕਲੀਫ ਸੁਣਦੇ ਆ ਸਾਨੂੰ ਆਪਣੀ ਤਕਲੀਫ ਯਾਦ ਆਉਂਦੀ ਆ। ਉੱਥੇ ਡਾਕਟਰ ਵੀ ਕਹਿੰਦਾ ਉਹ ਜਿਵੇਂ ਉਹਦੀ ਘਰ ਵਾਲੀ ਜਦੋਂ ਬੰਦੇ ਦੀ ਲੈ ਕੇ ਜਾਂਦੀ ਉਹਨੂੰ ਡਾਕਟਰ ਕੋਲੇ ਉਹ ਕਹਿੰਦਾ ਵੀ ਇਹ ਬੰਦਾ ਅਸਲ 'ਚ ਤੇਰੇ ਨਾਲੋਂ ਵੀ ਜ਼ਿਆਦਾ ਇੰਟੈਲੀਜੈਂਟ ਆ ਵੀ ਤੂੰ ਡਿਗਰੀਆਂ ਭਾਵੇਂ ਕੀਤੀਆਂ ਹੋਈਆਂ ਨੇ ਪਰ ਇਹਦੀ ਸਿਆਣਪ ਆ ਜਿਹੜੀ ਉਹ ਮਤਲਬ ਇੱਕ ਤਰ੍ਹਾਂ ਨਾਲ ਉਹਨੂੰ ਕਹਿਣਾ ਚਾਹੁੰਦਾ ਵੀ ਕਿਸੇ ਡਿਗਰੀਆਂ ਦੀ ਮਹਤਾਜ ਨਹੀਂ ਹੈਗੀ ਹਨਾ ਵੀ ਉਹ ਬੰਦਾ ਜਿਹਦੇ ਤੇ ਯੂਨੀਵਰਸਿਟੀਆਂ ਦਾ ਠੱਪਾ ਨਹੀਂ ਲੱਗਿਆ ਹੋਇਆ ਪਰ ਅਸਲ 'ਚ ਇਹਦੀ ਜਿਹੜੀ ਸਮਝ ਆ ਜੀ ਸੰਜੀਦਗੀ ਉਹਦਾ ਮੈਂ ਵੀ ਕਾਇਲ ਆ ਤੇ ਐਨੇ ਸਿਆਣੇ ਬੰਦੇ ਤੇ ਵੀ ਉਸ ਚੀਜ਼ ਨੇ ਕਿੱਡਾ ਵੱਡਾ ਅਸਰ ਕੀਤਾ ਹਾਂ ਹੋ ਜਾਂਦੇ ਨੇ ਸਿਆਣ ਕੋਈ ਇਹ ਤਾਂ ਬਿਮਾਰੀ ਯਾਰ ਕਿਸੇ ਨੂੰ ਵੀ ਹੋ ਸਕਦੀ ਹੈ ਹੁਣ ਪਿੱਛੇ ਇੱਕ ਖਬਰ ਆ ਉਹ ਅਖਬਾਰ ਚਾਈ ਸੀਗੀ ਦਿਲ ਦਾ ਮਾਹ ਡਾਕਟਰ ਵੀ ਹਾਰਟ ਅਟੈਕ ਨਾਲ ਮਰ ਗਿਆ ਸੀ ਇਹ ਤਾਂ ਬਿਮਾਰੀ ਤਾਂ ਕਿਸੇ ਨੂੰ ਵੀ ਲੱਗ ਸਕਦੀ ਹੈ ਇੱਕ ਦੂਜਾ ਜਿਹੜਾ ਉਹ ਵੀ ਜਿਹੜਾ ਮੇਲ ਕਰੈਕਟਰ ਹੈ ਜਿਹੜਾ ਜੰਗੀਰ ਸਿੰਘ ਨਾਲ ਜਿਹੜਾ ਉਹ ਬੁੜੀ ਨੂੰ ਲੈ ਕੇ ਆਉਂਦਾ ਹੁੰਦਾ ਉਹ ਪਹਿਲਾਂ ਬਦਮਾਸ਼ ਕਿਥੋਂ ਦਾ ਬੰਦਾ ਹੁੰਦਾ ਨਾ ਫਿਰ ਉਹ ਵੇਚੀ ਸਾਥ ਪੰਜ ਦਾ 파ਟੀ ਕਰੀ ਜਾਂਦਾ ਸਾਰਾ ਦਿਨ ਦੋ ਦੋ ਤਿੰਨ ਤਿੰਨ ਘੰਟੇ 파ਟ ਕਰਦਾ ਨਾ ਅਖੀਰ ਨੂੰ ਉਹਦੇ ਚ ਉਹ ਜਿਹੜਾ ਇੱਕ ਉਹ ਕ੍ਰਿਮੀਨਲ ਮੈਂਡਲ ਹੈ ਉਹ ਜਿਹੜਾ ਵਾਲ ਮਾਰਦੀ ਹੈ ਕੋਈ ਜਿਹੜੀ ਫਿਰ ਬਾਹਰ ਆ ਜਾਂਦੀ ਜਿਵੇਂ ਸਾਈਕੋਲੋਜੀਕਲੀ ਦੇਖਿਆ ਜਾਵੇ ਨਾ ਤਾਂ ਬੰਦੇ ਦੇ ਮਨ ਸਾਈਕੋਲੋਜੀ ਕਹਿੰਦੀ ਹੈ ਕਿ ਆਪਣੀਆਂ ਸ਼ਖਸੀਅਤਾਂ 16 ਤਰ੍ਹਾਂ ਦੀਆਂ ਹੁੰਦੀਆਂ ਨੇ 16 ਤਰ੍ਹਾਂ ਦੇ ਬੰਦੇ ਹੁੰਦੇ ਨੇ ਨਾ ਸਾਈਕੋਲੋਜੀਕਲੀ ਉਹਦੀ ਜਿਹੜੇ ਕਈ ਬੰਦੇ ਹੁੰਦੇ ਜਿਹੜੇ ਐਂਟੀ ਸੋਸ਼ੀਅਲ ਹੁੰਦੇ ਨੇ ਉਹਨਾਂ ਨੂੰ ਕਿਉਂਕਿ ਮਾੜੀ ਹਰਕਤ ਹੀ ਕਰਨੀ ਹੁੰਦੀ ਆ ਪਾਠ ਕਰਨ ਲੱਗਾ ਸਾਥ ਬਣ ਗਿਆ ਅਖੀਰ ਨੂੰ ਉਹਦਾ ਉਹੀ ਚਿਹਰਾ ਫੇਰ ਸਾਹਮਣੇ ਆ ਗਿਆ ਉਹਨੇ ਉਹ ਕਿੰਨੀ ਬੇਰਹਿਮੀ ਨਾਲ ਬੰਦਾ ਮਾਰਿਆ ਬਿਲਕੁਲ ਆਮ ਬੰਦਾ ਨਹੀਂ ਮਾਰ ਸਕਦਾ ਮੈਂ ਜਿਵੇਂ ਉਹਨੇ ਉਹ ਸੇਠ ਮਾਰਿਆ ਜਿਹੜਾ ਪੈਸੇ ਲੈਣ ਆਇਆ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਤੁਹਾਡੀ ਬੁੜੀਆਂ ਦੇ ਸੂਟ ਤਾਂ ਮੇਰੇ ਮੀ ਤੁਹਾਡੀ ਵਾਟੀ ਤੇ ਪਾਇਆ ਹੋਇਆ ਸੂਟ ਬਹੁਤ ਸੋਹਣਾ ਲੱਗਦਾ ਹੈ ਨਾ ਤਾਂ ਮੈਨੂੰ ਉੱਥੇ ਇਹ ਵੀ ਚੀਜ਼ ਲੱਗੀ ਵੀ ਕਿਉਂਕਿ ਇਹ ਸਾਰੀ ਕਹਾਣੀ ਹੈ ਹੀ ਸਾਈਕੋਲੋਜੀ ਨਾਲ ਜੁੜੀ ਹੋਈ ਹੈ ਨਾ ਕਿ ਉਹ ਜਿਹੜਾ ਉਹ ਬੰਦਾ ਵੀ ਜਿਹੜੀ ਆਪਣੀ ਪਰਸਨੈਲਿਟੀ ਵੀ ਨਾ ਇਹ ਹੁੰਦੇ ਨਾਲ ਆਪਾਂ ਹੋਰ ਵੀ ਗੱਲਾਂ ਜੁੜ ਜਾਂਦੀਆਂ ਨੇ ਜਿਵੇਂ ਆਹ ਹੁੰ ਉਨਦੀ ਪਰਸਨੈਲਿਟੀ ਅਲੱਗ ਹੁੰਦੀ ਹੈ ਇੱਕ ਆਂ ਤਾਂ ਦੇਖੇ ਨਾ ਬਹੁਤ ਬੰਦੇ ਕਰਦੇ ਨੇ ਸ਼ਰਾਬ ਕਿੰਨੇ ਲੋਕ ਪੀਂਦੇ ਨੇ ਬਹੁਤ ਬੰਦੇ ਹੋ ਜਿਹਨੇ ਜਿਹੜੇ ਚਿੱਟਾ ਪੀਂਦੇ ਵੀ ਨੇ ਪਰ ਉਹ ਲੱਗਦੇ ਨਹੀਂ ਹੈਗੇ ਜਿਹੜੇ ਲੱਗਦੇ ਨੇ ਚਾਹੇ ਸ਼ਰਾਬ ਪੀਣ ਵਾਲੇ ਹੋਣ ਚਾਹੇ ਉਹ ਸਿਗਰਟ ਵਾਲੇ ਹੋਣ ਚਾਹੇ ਉਹ ਚਿੱਟੇ ਵਾਲੇ ਹੋਣ ਉਹ ਇੱਕ ਅਲੱਗ ਹੀ ਪਰਸਨੈਲਿਟੀ ਹੁੰਦੀ ਆ ਉਹਨਾਂ ਦੇ ਪ੍ਰੋਪਰ ਉਹਨਾਂ ਦਾ ਇਲਾਜ ਵੀ ਅਲੱਗ ਹੀ ਤਰੀਕੇ ਨਾਲ ਹੁੰਦਾ ਕਿਉਂਕਿ ਪਹਿਲਾਂ ਤਾਂ ਉਹਨਾਂ ਦੀ ਪਰਸਨੈਲਿਟੀ ਆਇਡੈਂਟੀਫਾਈ ਕੀਤੀ ਜਾਂਦੀ ਵੀ ਕਿਹੋ ਜਿਹਾ ਹੈ ਨਾ ਫਿਰ ਉਹਦੇ ਤੇ ਉਹ ਇਹੋ ਜਿਹੀ ਪਰਸਨੈਲਿਟੀ ਹੁੰਦੀ ਵੀ ਉਹ ਜਿਹੜੀ ਵੀ ਕੰਮ ਅਗਰ ਪਏ ਜਾਂਦੇ ਚੰਗੀ ਚੰਗੇ ਹੋਈ ਜਾਂਦੇ ਜੋ ਮਾੜੇ ਪਾਸੇ ਵਗਦੇ ਫਿਰ ਉਹ ਮਾੜੇ ਮਾੜੇ ਕਰ ਹੀ ਜਾਂਦੇ ਹਨ ਵੀ ਇਹਦੇ ਵਿੱਚ ਵੀ ਅਲੱਗ ਅਲੱਗ ਪਰਸਨਲਿਟੀਆਂ ਲਿਆ ਲੈਂਦੇ ਨੇ ਲੇਖਕ ਨੇ ਕਿ ਮਿਲ ਸਾਰੀ ਕਹਾਣੀ ਸਾਈਕੋਲੋਜੀ ਨਾਲ ਜੁੜੀ ਹੋਈ ਕਹਾਣੀ ਹੈ ਸਾਰੀਆਂ ਇਹਨਾਂ ਦੀਆਂ ਕਹਾਣੀਆਂ ਵੈਸੇ ਐ ਹੀ ਹੁੰਦੀਆਂ ਨੇ ਜਦੋਂ ਤੁਸੀਂ ਅਖੀਰ ਤੈ ਛੱਡਦੇ ਹੋ ਕਹਾਣੀ ਨੂੰ ਤਾਂ ਜਰੂਰ ਤੁਹਾਨੂੰ ਯਾਦ ਆਉਂਦਾ ਵੀ ਇਹ ਇੱਕ ਸਮੱਸਿਆ ਸੀਗੀ ਅਸਲ 'ਚ ਹਨ ਤੇ ਉਵੇਂ ਜਿਵੇਂ ਪਹਿਲੀ ਸਮੱਸਿਆ ਵੀ ਆਪਾਂ ਤਾਂ ਇਹੀ ਕਵਾਂਗੇ ਕਿ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਪਰ ਜਿਵੇਂ ਇਹਦੇ 'ਚ ਉਹਨਾਂ ਨੇ ਦੱਸਿਆ ਕਿ ਕਿਸੇ ਨਾਲ ਜ਼ਬਰਦਸਤੀ ਬੰਨੇ ਜਾਣਾ ਵੀ ਤਮਾਮ ਉਮਰ ਹਨ ਉਹ ਵੀ ਤੁਹਾਡੀ ਮਾਨਸਿਕਤਾ ਤੇ ਕਿੱਡਾ ਵੱਡਾ ਅਸਰ ਪਾਉਂਦੀ ਹੈ ਜਾਂ ਫਿਰ ਦੂਜੀ ਕਹਾਣੀ 'ਚ ਜਿਵੇਂ ਇਹੀ ਚੀਜ਼ ਹੈ ਕਿ ਛੋਟੇ-ਛੋਟੇ ਹਾਦਸੇ ਕਦੋਂ ਜਾ ਕੇ ਤੁਹਾਡੀ ਜ਼ਿੰਦਗੀ 'ਚ ਕੋਈ ਵੱਡੀ ਘਟਨਾ ਬਣ ਜਾਣਗੇ ਇਹ ਵੀ ਤੁਸੀਂ ਮਤਲਬ ਨਹੀਂ ਸਮਝ ਸਕਦੇ ਤੇ ਮਨੋਵਿਗਿਆਨ ਨਾਲ ਜੁੜੀਆਂ ਹੋਈਆਂ ਹੀ ਗੱਲਾਂ ਨੇ ਤੁਹਾਨੂੰ ਮੈਂ ਰਵਿੰਦਰ ਲਿਆ ਹੋਰ ਘਟਨਾ ਦੱਸਦਾ ਮੇਰੀ ਇੱਕ ਨਾ ਪੁਰੀ ਸੀ ਦੋਸਤ ਪੁਰੀ ਮਿਲਨ ਪੜਦੀ ਹੁੰਦੀ ਸੀਗੀ ਉਹਦਾ ਵਿਆਹ ਹੋ ਗਿਆ ਪੁਲਸ ਥਲੇ ਮੁੰਡੇ ਨਾਲ ਪੰਜਾਬ ਪੁਲਿਸ ਦੇ ਮੁੰਡੇ ਨਾਲ ਉਹ ਕਿਤੇ ਪੁਰਾਣੀ ਫੈਮਲੀ ਜੋ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਖਾਰਕੂਵਾਦੇ ਵਾਲੇ ਕੁਛ ਉਹਨਾਂ ਦਾ ਪਰਸਨਲ ਸੀਗਾ ਜਾਂ ਕਰੋ ਕੁੜੀ ਦੇ ਪਰਿਵਾਰ ਖਾਲਿਸਤਾਨ ਮੂਵਮੈਂਟ ਨਾਲ ਜੁੜੇ ਹੋਏ ਸੀਗੇ ਤਾਂ ਪੁਲਿਸ ਨੂੰ ਮਿਲ ਉਹਨਾਂ ਨੂੰ ਤਾਂ ਕੀਤਾ ਹਣਾ ਜਿਵੇਂ ਵੀ ਤਸ਼ੱਦਦ ਜਾਂ ਟਾਰਚਰ ਉਹਨਾਂ ਨੂੰ ਨਾ ਪੁਲਿਸ ਤੋਂ ਨਫ਼ਰਤ ਸੀਗੀ ਬਹੁਤ ਜ਼ਿਆਦਾ ਤੇ ਉਹਦਾ ਵਿਆਹ ਪੁਲਸ ਥਲੇ ਮੁੰਡੇ ਨਾਲ ਹੋ ਗਿਆ ਅੱਜ ਦੀ ਜੀ ਆਪਾਂ ਪੀੜ੍ਹੀ ਜੀ ਦੇਖੀ ਤਾਂ ਆਪਾਂ ਤਾਂ ਕੁਝ ਦੇਖਿਆ ਨਹੀਂ ਆਪਾਂ ਤਾਂ ਸੁਣਿਆ ਹਨਾ ਚਲੋ ਵਿਆਹ ਕਰਤਾ ਤੇ ਉਸ ਕੁੜੀ ਨੇ ਮੁੰਡੇ ਨੂੰ ਸੈਫਟੀ ਨਹੀਂ ਕੀਤਾ ਕਿ ਉਹਨੂੰ ਨਫ਼ਰਤ ਮਤਲਬ ਉਹਨੂੰ ਪੁਲਿਸ ਦੀ ਜਮਾ ਤਾਂ ਉਹਨੂੰ ਪਿਹੜਾ ਘਰ ਵਾਲਾ ਸੀ ਉਹਦੇ ਚ ਉਹ ਵੀ ਪੁਲਿਸ ਵਾਲੀ ਪਾਲਸੀ ਦੱਸਦੀ ਸੀ ਹੈ ਨਾ ਤਾਂ ਉਹ ਮਰੋਂ ਦਾ ਕਾਫੀ ਕਲੇਸ਼ ਪਿਆਸ ਵੀ ਜਖਿਰ ਨੂੰ ਉਹ ਵੀ ਕਾਉਂਸਲਿੰਗ ਵਗੈਰਾ ਲੈ ਲੈ ਕੇ ਹੌਲੀ ਹੌਲੀ ਦੋ ਤਿੰਨ ਸਾਲਾਂ ਦੇ ਵਿੱਚ ਉਹ ਕੁੜੀ ਠੀਕ ਹੋਈ ਉਹਨਾਂ ਦਾ ਜਮਤ ਤਲਾਕ ਦੇ ਕੰਮ ਆ ਗਿਆ ਸੀਗਾ ਤੇ ਉਹਦਾ ਦੋ ਦਾ ਰੀਜ਼ਨ ਦੇਖਿਆ ਪਿੱਛੋਂ ਤੇ ਰੀਜ਼ਨ ਉਹਦਾ ਇਹ ਹੀ ਨਿਕਲਿਆ ਵੀ ਪਰਿਵਾਰ ਜਿ ਕਿਤੇ ਨਾ ਕਿਤੇ ਪੁਲਿਸ ਨਾਲ ਕੋਈ ਟਕਰਾਅ ਹੋਇਆ ਸੀਗਾ ਤੇ ਪੁਲਿਸ ਨੂੰ ਨਫ਼ਰਤ ਕਰਦੀ ਸੀ ਬਿਲਕੁਲ ਜੇ ਤੁਸੀਂ ਇਸ ਤਰੀਕੇ ਦੀਆਂ ਕਹਾਣੀਆਂ ਪਸੰਦ ਕਰਦੇ ਹੋ ਹੈ ਨਾ ਜਿਵੇਂ ਆਪਾਂ ਕਹਿੰਦੇ ਕਿ ਮਨੋਵਿਗਿਆਨਕ ਕਹਾਣੀਆਂ ਜਿਹੜੀਆਂ ਮਨੋਵਿਗਿਆਨ ਨਾਲ ਜੁ ਜਿਹੜੀ ਕਹਾਣੀ ਤੁਹਾਨੂੰ ਖਤਮ ਕਰਨ ਤੋਂ ਬਾਅਦ ਦੱਸੇ ਕਿ ਹਾਂ ਇਹੋ ਜੀ ਸਮੱਸਿਆ ਤਾਂ ਅਸੀਂ ਆਲੇ-ਦੁਆਲੇ ਹਰ ਰੋਜ਼ ਦੇਖਦੇ ਆਂ ਤਾਂ ਓਵੇਂ ਦੀਆਂ ਕਹਾਣੀਆਂ ਜੇ ਤੁਸੀਂ ਪੜ੍ਹਨੀਆਂ ਪਸੰਦ ਕਰਦੇ ਹੋ ਤਾਂ ਤੁਹਾਨੂੰ ਸੁਖਜੀਤ ਉਹਨਾਂ ਨੂੰ ਪੜ੍ਹਨਾ ਚਾਹੀਦਾ ਅੱਜ ਦੇ ਸਮੇਂ 'ਚ ਸਭ ਤੋਂ ਚਰਚਿਤ ਕਹਾਣੀਕਾਰ ਮੈਂ ਕਹਿ ਸਕਦੀ ਆ ਇਹ ਕਿਉਂਕਿ ਇਹਨਾਂ ਦੀ ਕਹਾਣੀ ਜਦੋਂ ਤੁਸੀਂ ਸ਼ੁਰੂ ਕਰ ਲੈਂਦੇ ਹੋ ਨਾ ਤੁਹਾਡਾ ਛੱਡਣ ਨੂੰ ਮਨ ਨਹੀਂ ਕਰਦਾ ਲੰਮੀਆਂ ਕਹਾਣੀਆਂ ਲਿਖਦੇ ਨੇ ਇਹ 14-15 ਪੇਜਾਂ ਦੀ ਕਹਾਣੀ ਹੁੰਦੀ ਹੈ ਇਹਨਾਂ ਦੀ ਤੇ ਮੈਨੂੰ ਬਿਲਕੁਲ ਥੋੜਾ ਜਿਹਾ ਵੀਨਾ ਵਰਮਾ ਹੁਣਾਂ ਵਾਂਗੂ ਲਿਖਦੇ ਲੱਗਦੇ ਹੁੰਦੇ ਨੇ ਇਹ ਤੇ ਬਹੁਤਾ ਜਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਆਪ ਦੇ ਬਾਰੇ ਸੋਸ਼ਲ ਮੀਡੀਆ ਤੇ ਗੱਲ ਨਹੀਂ ਕਰਦੇ ਜਾਂ ਇੰਟਰਵਿਊ 'ਚ ਨਹੀਂ ਆਉਂਦੇ ਤੇ ਤੁਸੀਂ ਇਹਨਾਂ ਨੂੰ ਸਿਰਫ ਇਹਨਾਂ ਦੀਆਂ ਕਿਤਾਬਾਂ ਦੇ ਜ਼ਰੀਏ ਹੀ ਜਾਣ ਸਕਦੇ ਹੋ ਤੇ ਅਗਲੀ ਵਾਰ ਫਿਰ ਆਪਾਂ ਕਿਸੇ ਨਵੀਂ ਕਿਤਾਬ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ